ਬਾਈ ਸੁਣਦਾ ਹੀ ਸਾਨੂੰ ਇੱਥੇ ਪੰਗੇ ਕਿੱਥੇ ਚੱਲਦਾ ਕਿੱਥੇ ਚੱਲਦਾ ਉਹ ਕਾਲੇ ਬਾਈ ਬਾਹਰ ਦਾ ਫਿਲਟਰ ਬਾਹਰ ਲਾ ਸਕਦੇ ਆ ਕਿ ਨਹੀਂ ਦੱਸੋ ਕਾਲੇ ਕਾਲੇ ਬਾਹਰ ਦਾ ਫਿਲਟਰ ਬਾਹਰ ਲਾ ਸਕਦੇ ਆ ਕਿ ਨਹੀਂ ਘੇਰੇ ਚ ਲੱਗ ਸਕਦਾ ਠੀਕ ਹੈ ਜੀ ਬਾਹਰ ਨਹੀਂ ਲੱਗ ਸਕਦਾ ਠੀਕ ਹੈ ਜੀ ਬਾਈ ਲਾਈਵ ਹੋ ਗਿਆ ਤੇ ਆਪਾਂ ਦੱਸ ਦਈਏ ਵੀ ਕੱਲ 8 ਓਵਰ ਦੇ ਕੂਲ ਕਲੀਅਰ ਮੈਚ ਹੋਇਆ ਹੈ ਅੱਜ ਟੀਮਾਂ ਆਪਣੀ ਸਹਿਮਤੀ ਨਾਲ 6-6 ਓਵਰ ਦੇ ਮੈਚ ਖੇਡ ਰਹੀ ਹੈ ਤੇ ਮੇਰੀ ਬੇਨਤੀ ਹੈ ਵੀ ਫਿਰ ਬਾਅਦ ਦੇ ਵਿੱਚ ਕੋਈ ਸੀਰੀਜ਼ ਨਹੀਂ ਘਰ ਆਉਣਾ ਪਾਵੇ ਇਹ ਮੇਰੀ ਬੇਨਤੀ ਹੈ ਟੀਮਾਂ ਨੂੰ ਵੀ ਹੁਣ ਚਾਹੇ ਤੁਸੀਂ 8 ਖੇਡ ਲਓ 6 ਤਾਂ ਕਮੇਟੀ ਕਹਿੰਦੀ ਦੇਣੀ ਦੇਣੀ ਹੈ 6 ਤੋਂ ਘੱਟ ਤਾਂ ਕਿਸੇ ਨੂੰ ਦੇਣੀ ਹੈ ਇਹ ਮੇਰੀ ਬੇਨਤੀ ਜ਼ਰੂਰ ਪ੍ਰਵਾਨ ਕਰਨਗੇ ਟੀਮਾਂ ਤੇ ਸਾਡੇ ਲਾਈਵ ਵਾਲੇ ਵੀਰ ਵੀ ਹੋਣਗੇ ਸਾਡੇ ਨਹੀਂ ਚੱਲਿਆ ਜਿਹੜੇ ਘਰੇ ਬੈਠੇ ਮੈਚ ਦੇਖਦੇ ਆ ਤਾਂ ਉਹ ਪਹਿਲਾ ਪੂਲ ਕਲੀਅਰ ਮੈਚ ਮੇਰੇ ਮਿੱਤਰੋਂ ਖੇਡ ਗੱਲ ਕਹਿ ਤਾਂ ਸ਼ੁਰੂ ਹੋ ਜਾ ਰਿਹਾ ਹੈ ਇਧਰ ਆਪਸ਼ਨ ਆਈ ਪਹਿਲੀ ਬਾਲ ਕਦੇ ਭਈਸਰ ਨੇ ਪਾਉਣੀ ਹੈ ਆ ਮੁੰਡੇ ਨੇ ਰਣਜੀ ਖੇਡਣੀ ਹੈ ਸਾਫ ਪਰਮਾਤਮਾ ਮਿਹਰ ਕਰੇ ਅੰਡਰ ਦੇ ਟੂਰਨਾਮੈਂਟਾਂ ਦੀ ਆ ਬਲੇਅਰ ਦੇ ਜਿਹਦੇ ਧੰਨ ਧੰਨ ਕਰਵਾਉਣੀ ਆ ਮੁੰਡਾ ਚੜ੍ਹਦੀ ਜੀ ਬਰੀ ਉਸਦਾ ਹੈ 19-20 ਸਾਲ ਦੀ ਉਮਰ ਹੈ ਉਧਰ ਮਿੱਡਿਆਂ ਦੇ ਮੁੰਡਿਆਂ ਦੀ ਚੜ੍ਹਾਈ ਹੈ ਪੂਰੇ ਪੰਜਾਬ ਦੇ ਵਿੱਚ ਇੱਕ ਪਾਸੇ ਰਜਤ ਇੱਕ ਪਾਸੇ ਅੰਕੁਸ਼ ਨੂੰ ਤਾਂ ਕਹਿੰਦੇ ਦੁੜੀਏ ਜਾਣਦੀ ਹੈ ਲਾਓ ਸਾਹਮਣੇ ਰਜਤ ਦੀ ਕਹਿੰਦੇ ਰਾਜਸਥਾਨ ਦੇ ਵਿੱਚ ਬੜੀ ਚੜ੍ਹਾਈ ਹੈ ਅੰਕੁਸ਼ ਦੀ ਡੂੰਘੇ ਪੰਜਾਬ ਦੇ ਵਿੱਚ ਚੜ੍ਹਾਈ ਹੈ ਤੇ ਲੋਕਾਂ ਨੂੰ ਪਤਾ ਵੀ ਡੂੰਘਾ ਪੰਜਾਬ ਕਿਹੜੇ ਪਾਸੇ ਹੈ ਡੂੰਘਾ ਪੰਜਾਬ ਕਹਿੰਦੇ ਐਨ ਮੋਗੇ ਲੁਧਿਆਣੇ ਵਾਲੀ ਸਾਈਡ ਕਹਿੰਦੇ ਬੋਲੇ ਜਾਂਦੇ ਹੈ ਕੀ ਦਿੱਕਤ ਹੋ ਗਈ ਲਵੀ ਮੈਚ ਆਪਾਂ ਸ਼ੁਰੂ ਕਰਵਾਈਏ ਬਈ ਲਾਓ ਸਾਹਮਣੇ ਪਹਿਲੀ ਵਾਰ ਜਿਹੜੀ ਖੇਡ ਗਰਾਊਂਡ ਦੇ ਉੱਤਰ ਹਾਕੂ ਵਾਲੇ ਦੇ ਟੂਰਨਾਮੈਂਟ ਦੀ ਜੇਤੂ ਟੀਮ ਢੀਡੀ ਆ ਉਹਦੇ ਟੂਰਨਾਮੈਂਟ ਦੀ ਜੇਤੂ ਟੀਮ ਕ੍ਰਿਕਟ ਖੇਡਦੀ ਸੈਕਿੰਡ ਰਹੀ ਟੀਮ ਤੇ ਹਿਰਨਾਗਲ ਦੀ ਫਾਈਨਲ ਦੀ ਟੀਮ ਹੈ ਜਿਹੜੀ ਟੀਮ ਰਾਜਪੁਰ ਦੀ ਖੇਡ ਗਰਾਊਂਡ ਦੇ ਅੰਦਰ ਖੇਡਦੀ ਹੈ ਜਿਹੜੀ ਟੀਮ ਰਾਜਪੁਰ ਦੀ ਖੇਡ ਗਰਾਊਂਡ ਦੇ ਅੰਦਰ ਗੁਰਬਾਜ ਬਾਈ ਆਏ ਗੁਰਬਾਜ ਦਾ ਕਹਿੰਦੇ ਵੱਡਾ ਧੰਨਵਾਦ ਆਪਾਂ ਜ਼ਰੂਰ ਕਰਾਂਗੇ ਠੀਕ ਹੈ ਜੀ ਬਾਲ ਵਾਈਡ ਹੋ ਗਈ ਹੈ ਬਜਿੰਦਰ ਦੀਆਂ ਬਾਲਾਂ ਦੀ ਵਾਈਡ ਹੋ ਗਈ ਹੈ ਹਬੋਰ ਦੇ ਏਰੀਏ ਦੀ ਟੀਮ ਆ ਰਾਜਪੁਰਾ ਪਿੰਡ ਦਾ ਕਹਿੰਦੇ ਦੋਦੇ ਕੁਲਾਲ ਦੇ ਲਾਗੇ ਕਰਕੇ ਵਸਿਆ ਪਿੰਡ ਦਾ ਭਗਾਲਾਂ ਦੇ ਲਾਗੇ ਕਰਕੇ ਪਿੰਡ ਦਾ ਲਾਓ ਸਾਹਮਣੇ ਪੈਂਦੀ ਬਾਲ ਦੀ ਐਨ ਕਹਿੰਦੇ ਬਜਿੰਦਰ ਖੇਡ ਗਰਾਊਂਡ ਦੇ ਰਜਤ ਨੇ ਬਾਲ ਛੱਡੀ ਹੈ ਲੈਗ ਬਾਈ ਦੇ ਦੋ ਰਨ ਜਿਹੜੇ ਜੁੜ ਚੁੱਕੇ ਨੇ ਤਕੜੀ ਬਾਲ ਬਜਿੰਦਰ ਦੀ ਖੇਡ ਗਰਾਊਂਡ ਦੇ ਅੰਦਰ ਬਜਿੰਦਰ ਬੜਾ ਹੀ ਸੋਝਿਆ ਬੜਾ ਹੀ ਤੇਜ ਬੜਾ ਹੀ ਤਿੱਖਾ ਬੜਾ ਹੀ ਸ਼ਾਰਪ ਪਲੇਅਰ ਹੈ ਕਾਸਕੂ ਦੀ ਖੇਡ ਦਾ ਐਨ ਦੇਖ ਵੀ ਗੁਰਮੇਜ ਬੜੀ ਤੇਜ਼ੀ ਨਾਲ ਭਰਮਾ ਰਹੀ ਹੈ ਟੀਮ ਵੀ ਟਾਈਮ ਵੇਸਟ ਨਹੀਂ ਕੀਤਾ ਜਾ ਰਿਹਾ ਰੱਤੀ ਭਰ ਵੀ ਐਨ ਕਹਿੰਦੇ ਟਾਈਮ ਵੇਸਟ ਨਹੀਂ ਕੀਤਾ ਜਾ ਰਿਹਾ ਲਾਓ ਸਾਹਮਣੇ ਤਕੜੀ ਬਾਲ
ਬਿਯੰਤਰ ਖੇਡ ਗ੍ਰਾਉਂਡ ਦੇ ਅੰਦਰ ਜਦੋਂ ਵੀ ਕਹਿੰਦੇ ਪੂਰੇ ਯੂ ਲਾਉਂਦਾ ਲਾਈਨ ਦੇ ਵਿੱਚ ਚੜ੍ਹਾਈ ਆ ਪਰਮਾਤਮਾ ਤਰੱਕੀਆਂ ਦੇਵੇ ਸਾਡੇ ਵੀਰ ਤੋਂ ਇਸੇ ਤਰ੍ਹਾਂ ਬੱਲੇ ਬੱਲੇ ਹੁੰਦੀ ਰਹੇ ਵੀ ਕੀਤੀ ਮਿਹਨਤ ਨੂੰ ਰੰਗ ਭਾਗ ਲੱਗਿਆ ਸਾਰੇ ਹੀ ਪੰਜਾਬ ਵਿੱਚ ਬੋਲਦੀ ਕੀਤੀ ਮਿਹਨਤ ਨੂੰ ਰੰਗ ਭਾਗ ਲੱਗਿਆ ਬਾਕੀ ਮਿਹਨਤ ਕੀਤੀ ਹੈ ਤੇ ਰੰਗ ਭਾਗ ਐਵੇਂ ਕਹਿੰਦੇ ਪੂਰੀ ਲੱਗੇ ਹੋਏ ਆ ਲਾਓ ਸਾਹਮਣੇ ਪੈਂਦੀ ਪਾਲ ਤੇ ਬਜਿੰਦਰ ਆ ਬਜਿੰਦਰ ਆਇਆ ਤੇ ਕਿਸੇ ਗੱਲ ਨੂੰ ਹੀ ਆਇਆ ਇਹ ਆਇਆ ਤੇ ਕਿਸੇ ਗੱਲ ਨੂੰ ਆਇਆ ਵਾਧੂ ਮਾਸ ਨਹੀਂ ਮੁੰਡੇ ਦੇ ਪਿੰਡੇ ਦੇ ਵਾਧੂ ਮਾਸ ਨਹੀਂ ਮੁੰਡੇ ਦੇ ਪਿੰਡੇ ਦੇ ਮੁੰਡਾ ਚੜ ਚੜ ਕੇ ਬਾਲਾ ਕਰਦਾ ਇਹ ਰੰਜੀ ਖੇਡ ਰਹੀ ਆ ਅੰਡਰ ਦੀ ਪਰਮਾਤਮਾ ਫੇਰ ਕਹਿੰਦੇ ਸਾਡੇ ਵੀਰ ਤੇ ਐਨ ਬੱਲੇ ਬੱਲੇ ਹੁੰਦੀ ਰਹੇ ਲਾਓ ਵਾਹ ਹੋਏ ਬਜਿੰਦਰ ਵਾਹ ਹੋਏ ਬਜਿੰਦਰ ਰਣ ਦੋ ਉਮਰ ਦੀ ਸਮਾਤੀ ਜਿਹਦੇ ਮੁੰਡੇ ਕਹਿੰਦੇ ਹੁਣ ਬਾਲ ਪਾਉਂਦੀ ਹੈ ਜਿਹਦੇ ਨਾਲ ਪੂਰੇ ਪੰਜਾਬ ਦੇ ਵਿੱਚ ਦੁਨੀਆਂ ਜੁੜਦੀ ਹੈ ਜਿੰਨੀਆਂ ਵੇਖਣਾ ਉਹਦੇ ਆਈਸਕ੍ਰੀਮ ਕਾਲੇ ਵੱਲੋਂ ਕਿਉਂਕਿ ਗਰਮੀ ਹੈ ਕਾਲਾ ਕਹਿੰਦਾ ਪੈਸੇ ਕੀ ਦੇਣੇ ਹੈ ਠੰਡ ਪਵਾ ਦੇਗੀ ਅੰਦਰ ਤੇ ਜੇ ਕਿਤੇ ਉਧਰੋਂ ਠੰਡ ਬਗਾਨੇ ਪੱਤਰੇ ਪਾ ਦੀ ਤੀਜੇ ਸ਼ੱਕਾ ਖਾਗਾ ਠੰਡ ਫਿਰ ਵੀ ਪੈ ਜਾਣੀ ਹੈ ਪਿੱਛੇ ਕਹਿੰਦੇ ਰੱਜਦਾ ਛੋਟਾ ਵੀਰ ਹੈ ਜਿਹਦੀ ਚੜ੍ਹਾਈ ਦੀ ਤਾਂ ਕਿਆ ਹੀ ਕਹਿਣੇ ਹੈ ਜਿਹਦੀ ਚੜ੍ਹਾਈ ਦੀ ਤਾਂ ਕਿਆ ਹੀ ਕਹਿਣਾ ਜੇ ਪਾਪਾ ਜੀ ਵੀ ਘਰੇ ਬੈਠੇ ਮੈਚ ਦੇਖੀ ਆਉਂਦੇ ਆ ਐਨ ਲਾਈਵ ਦੇ ਨਾਲ ਜੁੜੇ ਹੋਏ ਆ ਮੇਰੇ ਮਿੱਤਰੋਂ ਖੇਡ ਗਰਾਊਂਡ ਦੇ ਅੰਦਰ ਲਓ ਸਾਹਮਣੇ ਪਹਿਲੀ ਦੀ ਗੋਲੀ ਵਾਲਾ ਬੰਦਾ ਪਹਿਲੀ ਦੀ ਗੋਲੀ ਵਾਲਾ ਬੰਦਾ ਦੀਪਕ ਸੜਾਣਾ ਕਹਿੰਦਾ ਜੇ ਹੈਟ੍ਰਿਕ ਹੋਈ ਆਪਾਂ 3100 ਦੇ ਦਿਆਂਗੇ ਪਰ ਜਿਹੜੇ ਹਿਸਾਬ ਨਾਲ ਕਹਿੰਦੇ ਮਾਨ ਸਨਮਾਨ ਹੋਈ ਜਾਂਦੇ ਆ ਮੈਨੂੰ ਲੱਗਦਾ ਗਰਾਊਂਡ 'ਚ ਮਾਨ ਸਨਮਾਨ ਵੰਡੇ ਹੋਣਗੇ ਜਿਹੜੇ ਹਿਸਾਬ ਨਾਲ ਬਾਹਰੋਂ ਮਾਨ ਸਨਮਾਨ ਹੋਈ ਜਾਂਦੇ ਇੱਧਰੋਂ ਮਾਨ ਸਨਮਾਨ ਵੰਡੇ ਹੋਣਗੇ ਲਓ ਸਾਹਮਣੇ ਰੱਜਤ ਤੇ ਖੇਡਿਆ ਸ਼ਾਟ ਓਏ ਬਾਈ ਬੜੀਆਂ ਫਿਲਮਾਂ ਕੱਟ ਕੱਟ ਕੇ ਪਾਉਂਦਾ ਲੋਕਾਂ ਦੀਆਂ ਕਿਤੇ ਸ਼ਾਮ ਨੂੰ ਕੁਝ ਹੋਰ ਹੀ ਨਾ ਪੈ ਜੇ ਓਏ ਬਾਈ ਇਹ ਬੜੀਆਂ ਫਿਲਮਾਂ ਕੱਟ ਕੱਟ ਕੇ ਪਾਉਂਦਾ ਤੇ ਕਿਤੇ ਵੀਡੀਓ ਇਹਦੀ ਨਾ ਪੈ ਜੇ ਖੇਡ ਗਰਾਊਂਡ ਦੇ ਅੰਦਰ ਅੱਜ ਕੁਛ ਖੜਾ ਫਾੜੋ ਤਿਆਰੀ ਰਜਿੰਦਰ ਫਾੜੋ ਤਿਆਰੀ ਲਾਓ ਸਾਹਮਣੇ ਰੜਕਮ ਦੇ ਚਾਰ ਨੇ ਰੜਕਮ ਦੇ ਚਾਰ ਨੇ ਅੱਜ ਰਾਜਪੁਰ ਦੀ ਅੱਧੀ ਟੀਮ ਆਈ ਹੈ ਬਣਦਾ ਲਾਓ ਸਾਹਮਣੇ ਪਹਿਲੀ ਪਾਲ ਤੇ ਐਨ ਲਾਸਟ ਬਾਲ ਆ ਮੇਰੇ ਮਿੱਤਰੋ ਖੇਡ ਗਰਾਊਂਡ ਦੇ ਅੰਦਰ ਲਾਸਟ ਬਾਲ ਜਿਹੜੀ ਖੇਡ ਗਰਾਊਂਡ ਦੇ ਅੰਦਰ ਤੇ ਸਾਹਮਣੇ ਇਸ ਵਾਰ ਜਿਹੜੀ ਤਕੜੀ ਬਾਲ ਇਸ ਵਾਰ ਮੁੰਡੇ ਨੇ ਪਾ ਦਿੱਤੀ ਹੈ ਕਿੰਨੇ ਹੋ ਗਏ ਦੋ ਰਨ ਦੇ ਵਿੱਚ 33 ਰਨ ਲਵੀ ਓਏ ਬਾਅਦ ਚੇਂਜ ਕਰ ਲਿਆ ਕਰੋ
गुरविंदर भी जुड़िया माही छेड़े वाला नाल साडे वड्डे भरावां दा सर दा धन भी रहा है माही बिशनोई भी जुड़िया होया साडा वीर ओहदा भी धन्नवाद लो बिजेंद्र कमाल बिजेंद्र कला बेचारा की करे ठंडा पानी पी लवे कला बिजेंद्र की करे ते ठंडा पानी पी लवे नाल संदीप गुजरोली सकीन गुजर साडा वीर रमन सैनी सदा वीर जाकर पुछो भी ओदा भी धन्नवाद आप जरूर करांगे खेड ग्राउंड के अंदर गुरतेज खुपण ओदा भी धन्नवाद जाकर होली साढ़े भरा जन भी जुड़े है संदीप होली जरूर अपन धन्यवाद करा दीपक सड़ाना साडा वीर मनप्रीत शर्मा राज जसप्रीत सिंह जस्सी प्राण बाही बिश्नोई होनी साढ़े वीर जिन्हें भी जुड़े अपन सारा धन्यवाद जरूर करा ताऊ सामने बाल पाओगे नहीं राजपुरे वाला मुंडा क्या खेड ग्राउंड के अंदर आया राजपुरे वाला मुंडा खेड ग्राउंड के अंदर हबोर के एरिए का नौजवान जितों के खालसा कॉलेज दल चल रही है जितों के खालसा कॉलेज दल जरूर चल रही है जसप्रीत सिंह जस्सी सदा वीर साहिल शर्मा भागू पिंड वाला जसप्रीत सदा वीर ओदा भी धन्यवाद करा संदीप गुजर वह भी कहते बैच लाइव देखी जाता है लाऊ सामने एड कहते रजने पिछे खड़ा देखी जाता है भी एड की बनया है एड की बनया एड की बने गुरतेज कुपर पर सर दिया मंगा जरूर पूरिया करा टैड सदा वीर वह भी कहते बैच नाम जुड़िया होया हम दसी भी कहने हैं माही बिश्नोई सदा वीर कहते देखो खेड ग्राउंड के अंदर रज का कैमरे को पासे होके खड़ता है एंड कैमरे को पासे होके खड़ता है लो सामने पर कैमरा भी मगर एंड मोढ़िया की लग्या होया है कैमरा भी कहते एंड मोटिया की लग्या होया तो कैमरे की फोटो मल्लोरी होनी आ गई है हो गया बैटिंग वाले थ्रू जोड़ा बंदा बैटिंग दे लियाओ जी प्रूफ जी बाकी टीम बैठी प्रूफ लेके आ रही मैच रोक दो जी शॉर्ट ब्रेक पानी पी लो भी पानी पी लो कोई दुख पीमा प्रूफ लेके आओ जी प्रूफ जाकर भाई पुछो अज आई नहीं जाकर साडा वीर जुड़िया होया पुछो आई नहीं अज जिहड़ा हिरना वाली फाइनल भाई उहदे पर लाइव दे जरिए दस दिए उत्थे मीह पै गया भी हिरना वाली वह भी मैच हले नहीं होया फाइनल मैच रहिंदा है एक दिन उहदे घरे प्रॉब्लम हो गई सी कोई फिल्म उहनां दी ते हुण जिहड़ा फाइनल हले नहीं होया जाकर साडा बड़ा प्यारा वीर है जाकर भी जुड़िया उहदा भी धन्नवाद जाकर पुछो साडा वीर रवि बराड़ होनी कुछ अज आई नहीं बई आई तो जरूर दसा गे बई उन्होंने करो हल कोई जाओ उन्हें बई लाइव एक मिनट बंद कर ला रख बई लाइव वाले दो मिनट की मेरे ब्रेक है क्योंकि उधर प्रूफ चेक हो रहा है चलते मैच के कमेटी कहती प्रूफ चेक करा पर दूजा की क्योंकि कह भी ज्यादा है अरे तो पहला ही कहता होना भी हम एक बार बस एक बार हो ही ना हो चंकी गल है एक बार होर ना ही हो चंकी गल है जो कि बहुत है बड़े दिन का बजला फिर रजे से घुड़ियाने कहते एन लोट आई है घुड़ियाने कहते एन लोट आई है
ਮੇਰਾ ਕੰਮ ਗਿਆ ਸੀ ਰਾਜਪੁਰਾ ਹੀ ਪ੍ਰੂਫ ਚੈੱਕ ਕਰਵਾਏਗੀ ਵੀ ਇਸ ਤੋਂ ਬਾਅਦ ਜ਼ਰੂਰ ਉਹਨਾਂ ਨੇ ਪ੍ਰੂਫ ਚੈੱਕ ਕਰਵਾਏ ਆ ਜਿਹੜੀ ਕਮੇਟੀ ਦੇਖ ਰਹੀ ਹੈ ਬਈ ਉਹਨਾਂ ਦੇ ਜਿਹੜੇ ਫੈਸਲੇ ਕਰਨਗੇ ਸਾਡੇ ਵੀਰ ਰਣ ਦੱਸੋ ਜੀ ਕਿੰਨੇ ਆ ਪੈਂਤੀ ਬਈ ਤਿੰਨ ਓਵਰ ਦੇ ਪੈਂਤੀ ਰਣ ਮਣੀ ਅਗਲੇ ਮੈਂ ਟਾਸਕ ਕਿਹਨੇ ਜਿੱਤੀ ਆ ਟਾਸਕ ਕਿਹਨੇ ਜਿੱਤੀ ਹੈ ਝੋਟਿਆਂ ਵਾਲੀ ਦੱਸੋ ਜੀ ਕੀ ਕਰਨਾ ਝੋਟਿਆਂ ਵਾਲੀ ਕਿੱਥੇ ਬੈਠੇ ਆ ਸਾਡੇ ਬਾਈ ਝੋਟਿਆਂ ਵਾਲੀ ਝੋਟਿਆਂ ਵਾਲੀ ਟੀਮ ਅਮਨ ਸੇਖੋ ਸਾਡਾ ਵੀਰ ਨਵਨੀਤ ਕੁਮਾਰ ਹੋਣੀ ਮਾਨਪ੍ਰੀਤ ਸ਼ਰਮਾ ਜਿਹੜੇ ਜਿਹੜੇ ਬੱਚੇ ਵੀ ਬਾਲਾਂ ਭਾਲ ਕੇ ਲਿਆਉਂਦੇ ਆ ਸਾਡੇ ਬਾਈ ਕਹਿੰਦੇ ਆਪਾਂ ਉਹਦੇ ਜ਼ਰੂਰ ਸ਼ਾਮ ਨੂੰ ਆਪਾਂ ਮਾਣ ਸਨਮਾਨ ਕਰ ਦਿਆਂਗੇ ਜ਼ਰੂਰ ਸਨਮਾਨ ਕਰ ਦਿਆਂਗੇ ਜੱਸੀ ਚਾਹ ਪੀਣੀ ਦਾ ਪੀਲਾ ਬਈ ਆ ਕੇ ਸਾਡੇ ਕੋਲੇ ਕਾਲੇ ਚਾਹ ਪੀਣੀ ਦਾ ਪੀਲਾ ਕਾਲੇ ਆ ਕੇ ਸਾਡੇ ਕੋਲ ਬਈ ਬੰਦੇ ਬਾਅਦ ਜਲਦੀ ਆਵੇ ਜਲਦੀ ਨਾਲ ਲਓ ਰਾਜ ਪਰਿਵਾਰ ਇਸ ਬਾਰ ਕਹਿੰਦੇ ਤਗੜਾ ਵਰਤਾਰੇ ਆ ਰਾਜ ਪਰਿਵਾਰ ਐਤਵਾਰ ਦੀ ਹੁੰਦਾ ਹਰ ਦਿਨ ਐਤਵਾਰ ਦੀ ਹੁੰਦਾ ਹਰ ਦਿਨ ਐਤਵਾਰ ਦੀ ਹੁੰਦਾ ਮਨਪ੍ਰੀਤ ਸ਼ਰਮਾ ਸਾਡਾ ਵੀਰ ਉਹਦਾ ਵੀ ਧੰਨਵਾਦ ਐਂਡ ਜ਼ਰੂਰ ਕਰਾਂਗੇ ਸਾਡੇ ਭਰਾ ਦੇ ਲਾਈਵ ਦਿੱਤੀ ਹੁੰਦੀ ਅਲਾ ਉਹ ਤਗੜੀ ਬਾਤ ਗੁਰਬੀਰ ਬਾਈ ਦਾ ਵੀ ਧੰਨਵਾਦ ਜਿਹੜੇ ਚਾਹ ਦੀ ਸੇਵਾ ਕੀਤੀ ਆ ਸਾਡੇ ਭਰਾ ਨੇ ਤੇ ਨਾਲ ਜਿਹੜੇ ਵੀ ਸਾਡੇ ਵੀਰ ਜਿਹੜੇ ਜੁੜੇ ਹੋਏ ਆ ਸਾਰਿਆਂ ਦਾ ਬੜਾ ਧੰਨਵਾਦ ਹੈ ਟੈਟੋ ਜੀ ਸਾਡੇ ਵੀਰ ਉਹ ਵੀ ਜੁੜੇ ਨਾ ਮੈਚਾਂ ਦੇ ਨਾਲ ਰਾਜ ਪਰਿਵਾਰ ਟੈਟੋ ਵੀ ਘੰਟੇ ਦੋ ਵੀ ਜਾਣਦੀ ਹੈ ਤਾਂ ਉਸ ਆਪਣੇ ਫੇਰ ਜੱਦੀ ਬਾਲ ਖੇਡਿਆ ਸ਼ਾਮ ਤੇ ਰਣ ਜਿਹੜੇ ਦੋ ਨੇ ਅੰਕੁਸ਼ ਨੇ ਕਹਿੰਦੇ ਐਨ ਟਰਾਈ ਕੀਤੀ ਹੈ ਲਵਜੋਤ ਸਿੰਘ ਜੀ ਢਿੱਲੋਂ ਸਾਹਿਬ ਉਹ ਵੀ ਜੁੜਿਆ ਸਾਡਾ ਵੀਰ ਉਹਦਾ ਵੀ ਧੰਨਵਾਦ ਚਾਰ ਉਹਨਾਂ ਚ ਰਣ ਪਾਸੇ ਭਜਦਾ ਸੀ ਤੇ ਹੁਣ ਭੱਜ ਭੱਜ ਕੇ ਮੂੰਹ ਤੋਂ ਆਉਂਦਾ ਵੀ ਹੁਣ ਤਾਂ ਚੰਦਰਾਂ ਦੇ ਉੱਪਰ ਆ ਗਿਆ ਹੁਣ ਕਹਿੰਦੇ ਮੂੰਹ ਜੀ ਨੂੰ ਦੱਸਦਾ ਨਾਲ ਭੱਜੀ ਵੀ ਜੁੜਿਆ ਸਾਡਾ ਵੀਰ ਤੇ ਉਧਰ ਕਹਿੰਦੇ ਬੋਲੀ ਤੇ ਆ ਗਿਆ ਅੰਕੁਸ਼ ਮੇਰੇ ਮਿੱਤਰੋ ਖੇਡ ਗਰਾਊਂਡ ਦੇ ਅੰਦਰ ਕੀ ਗੱਲ ਸੋਲਾ ਤੇ ਸੱਚੀ ਕਹਿੰਦਾ ਲਹਿਰੇ ਵਾਲਾ ਲੱਖੀ ਤੇ ਕੋਟਲੇ ਵਾਲੇ ਮਾਣ ਤੇ ਅੰਕੁਸ਼ ਦੀ ਯਾਰੀ ਯਾਰੋ ਪੱਕੀ ਕੋਟਲੇ ਵਾਲੇ ਮਾਣ ਤੇ ਅੰਕੁਸ਼ ਦੀ ਯਾਰੀ ਯਾਰੋ ਪੱਕੀ ਐਡ ਕਹਿੰਦੇ ਯਾਰੀ ਪੱਕੀ ਹੈ ਅੰਕੁਸ਼ ਦੀ ਪਾ ਤੇ ਬਾਈਡ ਕਿਹੜੇ ਰਾਉਂਡ ਦੇ ਉੱਪਰ ਪਾਲੇ ਕਹਿੰਦੇ ਬਾਈਡ ਹੋ ਗਈ ਹੈ ਮੇਰੇ ਬੱਟਰੂ ਕੀ ਹੋ ਗਿਆ ਬਈ ਹਾਂਜੀ ਸਾਰੇ ਸਾਰੇ ਤਰਾਜ ਫੀਸਾਂ ਫੜਾ ਜਾਣ ਬਈ ਸਾਨੂੰ ਕਿਉਂਕਿ ਇਹ ਦੋਨੋਂ ਟੀਮਾਂ ਦੀਆਂ ਤਰਾਜ ਫੀਸਾਂ ਆ ਗਈਆਂ ਫੇਰ ਹੀ ਕਮੇਟੀ ਨੂੰ ਫਾਇਦਾ ਹੋਣਾ ਇੱਕ ਪਾਸੇ ਤਾਂ ਫਿਰ ਮੁੰਡਾ ਨਹੀਂ ਤਾਂ ਕੁੜੀ ਤਾਂ ਪੱਕੀ ਪੱਕੀ ਹੈ ਦੋਨਾਂ ਚੋਂ ਇੱਕ ਤਾਂ ਫਿਰ ਜਾਣੀ ਜਾਣੀ ਹੈ ਤੇ ਟੀਮਾਂ ਬਈ ਆਪਣੀਆਂ ਤਰਾਜ ਫੀਸਾਂ ਜ਼ਰੂਰ ਦੇ ਜਾਣ ਤਿੰਨ ਵਿਕਟਾਂ ਦੇ 225 ਵੱਲੋਂ ਪਰ ਲੱਗਦਾ ਜੇ ਦੋਨੋਂ ਭਰਾਵਾਂ ਦੇ ਸਾਠ ਸਦੀ ਚੱਲੀ ਆਉਂਦੀ ਹੈ ਦੋਨੋਂ ਭਰਾਵਾਂ ਦੇ ਕਹਿੰਦੇ ਸਾਠ ਸਦੀ ਚੱਲੀ ਆਉਂਦੀ ਹੈ ਮਨਦੀਪ ਬਾੜ ਸਾਡਾ ਵੀਰ ਟੈਟ ਹੋਣੀ ਬਾਹੀ ਹੋਣੀ ਸਾਡੇ ਵੀਰ ਐਨ ਕਹਿੰਦੇ ਕਮਾਲ ਹੀ ਕਰੀ ਆਉਂਦੇ ਆ ਸਾਡੇ ਭਰਾ ਐਨ ਕਹਿੰਦੇ ਖੇਡ ਗਰਾਊਂਡ ਦੇ ਅੰਦਰ ਪੈਂਦੀ ਹੋਈ ਬਾੜ ਰਾਜਪੁਰੇ ਵਾਲੇ ਦੀ
ਤੇ ਲਾਓ ਫੇਰ ਵਾਈਡ ਜਸਪ੍ਰੀਤ ਸਿੰਘ ਸਾਡਾ ਵੀਰ ਉਹਦਾ ਵੀ ਧੰਨਵਾਦ ਆਪਾਂ ਜ਼ਰੂਰ ਕਰਾਂਗੇ ਬਿੱਲੀ ਸਾਡਾ ਵੀਰ ਮਨਦੀਪ ਬਾਠ ਹੋਣੀ ਭੱਜੀ ਹੋਣੀ ਸਾਡੇ ਵੀਰ ਐਡ ਕਦੇ ਜੁੜੇ ਤਾਂ ਮੈਚਾਂ ਦੇ ਨਾਲ ਸਾਨੂੰ ਦਾ ਧੰਨਵਾਦ ਹੈ ਲਾਓ ਸਾਹਮਣੇ ਲੱਗਦਾ ਸ਼ਾਮ ਨੂੰ ਵੀਡੀਓ ਦੋਨਾਂ ਦੀਆਂ ਪੈਣ ਗਈਆਂ ਐਨ ਕਹਿੰਦੇ ਕਮਾਲ ਹੀ ਹੋ ਗਈ ਹੈ ਐਨ ਕਹਿੰਦੇ ਕਮਾਲ ਹੀ ਹੋ ਗਈ ਹੈ ਉਹ ਬਾਲਾਂ ਲੈ ਕੇ ਉਹ ਲਿਆ ਮੁੰਡਾ ਕਮਾਲ ਗੁਰਭੇਜ ਤੇ ਵੱਡੀ ਜ਼ਿੰਮੇਵਾਰੀ ਹੈ ਗੁਰਭੇਜ ਤੇ ਕਦੇ ਵੱਡੀ ਜ਼ਿੰਮੇਵਾਰੀ ਹੈ ਪ੍ਰਵਿੰਦਰ ਧਾਲੀਵਾਲ ਸਾਡਾ ਘੁੜਿਆਵਾ ਉਹ ਵੀ ਜੁੜਿਆ ਉਹਦਾ ਵੀਰ ਦਾ ਵੀ ਧੰਨਵਾਦ ਹੈ ਆਓ ਬੱਲੇ 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 ਛੱਕਾ ਫੇਰ ਲਵੀ ਦਾ ਬਿਲਕੁਲ ਪਿੱਛੋਂ ਬਾਲ ਮੰਗਦਾ ਵੀ ਸੁੱਟ ਹੋ ਜਲਦੀ ਸੁੱਟ ਹੋਈ ਜਲਦੀ ਚਾਰ ਛੱਕੇ ਗੇਂਦ ਗਰਾਊਂਡ ਦੇ ਅੰਦਰ ਚਾਰ ਛੱਕੇ ਐਨ ਭੱਜੀ ਉਹਦੀ ਜਸਪ੍ਰੀਤ ਵੀ ਐਨ ਜੁੜੇ ਇਹਨਾਂ ਮੈਚਾਂ ਦੇ ਨਾਲ ਤੇ ਸਾਹਮਣੇ ਅੰਕੁਸ਼ਵਾਲ ਭਾ ਰਿਹਾ ਹੈ ਅੰਕੁਸ਼ਵਾਲ ਭਾ ਰਿਹਾ ਹੈ ਅੰਕੁਸ਼ਵਾਲ ਭਾ ਰਿਹਾ ਹੈ ਰਣ ਸਿੰਗਲ ਇੱਕ ਰਣ ਯਸ ਗਰਵਾਸਰਾ ਸਾਡਾ ਵੀਰ ਉਹਦਾ ਵੀ ਧੰਨਵਾਦ ਨਾਲ ਪ੍ਰਵਿੰਦਰ ਧਾਲੀਵਾਲ ਜੀ ਉਹਦਾ ਵੀ ਧਾਲੀਵਾਲ ਦਾ ਧੰਨਵਾਦ ਅਮਰਤ ਬਰਾੜ ਸਾਡਾ ਵੀਰ ਡੈਡ ਬਾ ਇੱਕ ਹੀ ਬੱਗੀ ਸੀ ਤੇ ਉਹ ਵੀ ਡੈਡ ਹੋ ਗਈ ਹੈ ਅੱਜ ਤਾਂ ਲੱਗਦਾ ਕੋਈ ਨਾ ਕੋਈ ਐਨ ਸਾਢ ਸਦੀ ਚੱਲੀ ਜਾਂਦੀ ਹੈ ਦੋਨੋਂ ਭਰਾਵਾਂ ਤੇ ਐਨ ਕੋਈ ਸਾਢ ਸਦੀ ਚੱਲੀ ਜਾਂਦੀ ਹੈ ਤੇ ਛੱਕਾ ਫੇਰ ਛੱਕਾ ਫੇਰ ਕਿੰਨੇ ਹੋ ਗਏ ਬਾਈ ਸੱਤਰ ਰਨ ਹੋ ਗਏ ਲਾਓ ਸਾਹਮਣੇ ਪੰਜ ਓਵਰ ਦੇ ਰਨ ਸੱਤਰ ਰਨ ਉਹ ਬਾਈ ਝੋਟਿਆਂ ਵਾਲੀ ਕੀ ਕਰੇਗੀ ਝੋਟਿਆਂ ਵਾਲੀ ਕਿਰਪੇ ਜੀ ਪੁੱਛੀ ਬਾਈ ਇੱਧਰ ਬੈਠੇ ਹੋਣੇ ਬਾਲ ਕਰਦੀ ਬਾਲ ਠੀਕ ਹੈ ਜੀ ਬਾਲ ਕਰਦੀ ਹੈ ਤੇ ਬੈਟਿੰਗ ਹੋ ਰਹੀ ਹੈ ਜਿਹੜੀ ਮਾਨਾ ਪਿੰਡ ਦੀ ਬੈਟਿੰਗ ਕਰ ਰਹੀ ਬਾਲ ਅਗਲਾ ਮੈਚ ਮਾਨਾ ਸਾਡਾ ਵੀਰ ਗਗਨ ਉਹ ਵੀ ਜੁੜਿਆ ਮੰਦੀਪ ਪਿੰਡ ਵਾਲਾ ਉਹਦਾ ਵੀ ਧੰਨਵਾਦ ਹੈ ਗਗਨ ਬਰਾੜ ਉਹਦਾ ਵੀ ਧੰਨਵਾਦ ਮਨਪ੍ਰੀਤ ਸ਼ਰਮਾ ਮਾਹੀ ਬਿਸ਼ਨੋਈ ਸਾਡਾ ਵੀਰ ਸਾਰੇ ਭਰਾਵਾਂ ਦਾ ਧੰਨਵਾਦ ਹੈ ਜਿਹਦੀ ਭਰਾ ਨੇ ਲਾਈਵ ਦੇਖੀ ਜਾਂਦੇ ਲਾਓ ਤਗੜੀ ਬਾਲ ਰਾਜਪੁਰੇ ਵਾਲਾ ਕਹਿੰਦੇ ਖੇਡ ਗਰਾਊਂਡ ਦੇ ਅੰਦਰ ਪਾਈ ਜਾਂਦਾ ਹੈ ਲੱਗਦਾ ਇਹ ਤਾਂ ਦੋਧੇ ਭਰਾ ਹੀ ਟੀਮ ਘਰ ਨੂੰ ਦੋੜਦੇ ਦੋਧੇ ਭਰਾ ਹੀ ਟੀਮ ਘਰ ਨੂੰ ਦੋੜਦੇ ਕਿਉਂਕਿ ਬੰਦੀ ਦੇ ਬੰਦੀ ਚੌਂਹਠ ਕਰਾਉਣਾ ਆਏ ਆ ਦੋ ਓਵਰਾਂ ਦੇ ਵਿੱਚ ਤੇ ਉੱਧਰ ਛੱਕਾ ਥਾ ਫੇਰ ਛੱਕਾ ਫੇਰ ਥਾ ਫੇਰ ਐਨ ਕਹਿੰਦੇ ਗਗੜ ਬਰਾੜ ਸਾਡਾ ਵੀਰ ਉਹਦਾ ਵੀ ਧੰਨਵਾਦ ਆ ਲਾਓ ਖੇਡ ਗਰਾਊਂਡ ਦੇ ਅੰਦਰ ਵਾਧਾ ਹੋਇਆ ਸਕੂਲ ਜਿਹੜਾ ਸਤੱਤਰ ਰਨ ਗੁਰਲਾਲ ਗੁਰੀ ਐਨ ਭੱਜੀ ਸਾਡਾ ਵੀਰ ਧੂੜੀਆ ਵੀ ਜੁੜਿਆ ਹੋਇਆ ਉਹਦਾ ਵੀ ਧੰਨਵਾਦ ਆ ਉਹਦਾ ਵੀ ਧੰਨਵਾਦ ਆ ਪਹਿਲੀ ਪਾਰੀ ਆ ਤੇ ਦੂਜੀ ਪਾਰੀ ਅਤੇ ਸ਼ੁਰੂ ਹੋ ਰਹੀ ਹੈ ਪਹਿਲੀ ਪਾਰੀ ਜਿਹੜੀ ਚੱਲੀ ਜਾ ਰਹੀ ਹੈ ਹਾਂਜੀ ਰਣ ਦੱਸੋ ਜੀ ਕਹਿੰਦੇ ਆ ਸਤੱਤਰ ਆ ਅਠੱਤਰ ਬਣਾਉਣੇ ਆ ਸਤੱਤਰ ਰਨ ਆ ਤੇ ਅਠੱਤਰ ਬਣਾਉਣੇ ਅਠੱਤਰ ਰਨ ਆ ਉੱਧਰ ਨਕੇਰੀਆਂ ਪਿੰਡ ਵੀ ਕਹਿੰਦੇ ਕਮਾਲ ਦੇ ਕੱਪ ਹੋਣਾ ਹੈ ਪਰਵ ਕਰਨ ਵਾਲ ਸਾਡਾ ਵੀਰ ਐਨ ਕਹਿੰਦੇ ਜ਼ਰੂਰ ਕਰ ਸਦੇ ਦੇ ਰਿਹਾ ਨਕੇਰੀਆਂ ਪਿੰਡ ਕਮਾਲ ਦਾ ਟੂਰਨਾਮੈਂਟ ਜਿਹੜਾ ਕਰਵਾਇਆ ਜਾਣਾ ਹੈ ਪ੍ਰੂਫੇ ਖਾਲੀ ਹੋਈ ਹੈ
ਜਿਹੜਾ ਬਾਹਰ ਦਾ ਪਿੰਡ ਆ ਉਹ ਵੀ ਬਾਹਰ ਨਹੀਂ ਲੱਗ ਸਕਦਾ, ਹੋਰ ਕੀ ਸੀ ਬਾਈ, ਤੇ ਓਵਰ ਏਜ ਪਲੇਅਰ ਵੀ ਬਾਹਰ ਜਿਹੜੇ ਖੇਡਦੇ ਆ ਉਹੀ ਪਲੇਅਰ ਵੀ ਘੇਰੇ ਤੋਂ ਬਾਹਰ ਜਾ ਸਕਦੇ ਆ। ਜਿੰਨੇ ਪਲੇਅਰਾਂ ਤੋਂ ਇੱਕ ਰੂਪ ਜਿੰਨੇ ਪਲੇਅਰ ਖੇਡ ਰਹੇ ਆ ਉਹਨੇ ਘੇਰੇ ਤੋਂ ਬਾਹਰ ਜਿਹੜੇ ਖੇਡਦੇ ਕਰਨਗੇ। ਕਹਿਣ ਦਾ ਮਤਲਬ ਇਹ ਜੇ ਪੰਜ ਬੰਦੇ ਹੋਏ ਤੇ ਇੱਕ ਬੰਦਾ ਬੋਲਰ ਤੇ ਚਾਰ ਜਾਂਦੇ ਬਾਹਰ ਜਾ ਸਕਦੇ ਆ, ਜੇ ਆਪਾਂ ਤਿੰਨ ਬੰਦੇ ਹੋਏ ਤੇ ਇੱਕ ਬੰਦਾ ਓਵਰ ਕਰ ਸਕਦਾ ਦੋ ਹੀ ਬਾਹਰ ਜਾਣਗੇ, ਫਿਰ ਚਾਰ ਫੀਲਡਰ ਵੀ ਤੁਸੀਂ ਬਾਉਂਡਰੀ 'ਚ ਲਾ ਸਕਦੇ। ਹਾਂ ਇੱਕ ਕੀਪਰ ਖੜ ਗਏ, ਹਾਂ ਠੀਕ ਹੈ ਪੁਆਇੰਟ ਫੜਾਓ ਵੀ ਤਰਾਫੀ ਜ਼ਰੂਰ ਬਾਹਰ ਵਿਕਟ ਵਿੱਚੋਂ ਆਏ ਨਾ ਮੇਰੇ ਕੋਲੇ, ਇਹ ਕਹਿੰਦਾ ਅਸੀਂ ਮੱਥਾ ਵੀ ਮਾਰਦੇ ਤਰਾਫੀ ਫੜਾਓ ਵੀ ਪਹਿਲਾਂ ਸਾਰੀਆਂ ਟੀਮਾਂ ਉਹੀ ਸਤੱਤਰ ਆ ਬਈ ਵਧੀਆ ਅਠੱਤਰ ਤੇ ਉਨਾਸੀ ਦਾ ਟਾਰਗੇਟ ਆ। ਰਾਜਪੀ ਦੀ ਰਾਜ ਫੀਸ ਆ ਗਈ ਹੈ ਤੇ ਦੂਜੀ ਟੀਮ ਬਕੈਨ ਬਈ, ਬਕੈਨ ਦੀ ਕੀਮਤ ਰਾਜ ਫੀਸ ਜਮਾ ਕਰਵਾ ਦੇ ਆਪਣੀ ਹੈ ਨੀ ਬਈ ਕਿੰਨਾ ਤਰਾਜ, ਠੀਕ ਹੈ ਉਹ ਕਹਿੰਦੇ ਵੀ ਸਾਡਾ ਤਾਂ ਕੋਈ ਤਰਾਜ ਨਹੀਂ ਇਕੱਲਾ ਉਹਨਾਂ ਦਾ ਹੀ ਆਪਣਾ ਇੱਕ ਪਾਸੇ ਵੀ ਹੈ। ਪਾਣੀ ਪੀਂਦੇ ਬਈ ਇੱਕ ਮਿੰਟ ਜਾ ਕੇ ਪਾਣੀ ਪੀਂਦੇ, ਮੈਂ ਕਿਹਾ ਪਤਾ ਨਹੀਂ ਕੀ ਹੋ ਗਈ ਪਾਣੀ ਪੀਂਦੇ ਬਈ ਆ ਕੇ ਤੁਸੀਂ ਫੀਲਡਿੰਗ ਸੈੱਟ ਕਰੋ ਆ ਗਏ, ਕਿਉਂਕਿ ਫੀਲਡਿੰਗ ਕਰਕੇ ਗਈ ਹੈ ਟੀਮ ਪਰ ਦੋ ਚਾਰ ਮਿੰਟ ਤਾਂ ਲੈਂਦੀ ਹੈ, ਇੰਨੀ ਗਰਮੀ ਹੈ ਪਹਿਲਾਂ ਫੀਲਡਿੰਗ ਕੀਤੀ ਹੁਣ ਬੈਟਿੰਗ 'ਤੇ ਵੀ ਆਉਣਗੀਆਂ ਟੀਮਾਂ। ਪੈਸੇ
ਠੰਡਾ ਪਾਣੀ ਆ ਜੱਗ ਲਗਾ ਪਾ ਕਰ ਜਾ ਸਾਡੇ ਡੋਲ ਨਾ ਯਾਰ ਠੰਡਾ ਪਾਣੀ ਮੇਰਾ ਨਾਮ ਹਰੀ ਖੜਾ ਓ ਸਿੱਟੀ ਪਈ ਬੋਤਲ ਭੈਣ ਦੇ ਥੱਲੇ ਲੱਕ ਬੋਤਲਾਂ ਭਾਲ ਦੇ ਮਾਰੇ ਬਚਪਨ ਗੋਪੀ ਚੰਗਾ ਖੇਡੀ ਕਿੰਨੇ ਬਣਾਉਣੇ ਅੱਛੀ ਲਓ ਮੈਚ ਦੀ ਸ਼ੁਰੂਆਤ ਜਿਹੜੀ ਖੇਡ ਗਰਾਊਂਡ ਦੇ ਅੰਦਰ ਮੈਚ ਦੀ ਸ਼ੁਰੂਆਤ ਜਿਹੜੀ ਖੇਡ ਗਰਾਊਂਡ ਦੇ ਅੰਦਰ ਹੋਣ ਜਾ ਰਹੀ ਹੈ 79 ਰਨ ਦਾ ਟਾਰਗੇਟ ਜਿਹੜਾ ਸੈੱਟ ਹੋਇਆ ਹੈ 13 ਛੱਕੇ ਮਾਰਦੇ ਪੈਣਗੇ ਤੇ ਬਾਲਾਂ ਦੀਆਂ 36 ਪੈਣਗੀਆਂ ਜ਼ਰੂਰ ਖੇਡ ਗਰਾਊਂਡ ਦੇ ਅੰਦਰ ਆਪਾਂ ਜ਼ਰੂਰ ਧੰਨਵਾਦ ਕਰਾਂਗੇ ਜਿਹੜਾ ਹਿਰਦਾ ਵਰਗਾ ਟੂਰਨਾਮੈਂਟ ਆ ਬਾਈ ਉਹਦੀ ਡੇਟ ਆ ਜੇ ਸਵੇਰੇ ਉਹ ਫਾਈਨਲ ਕਰ ਦੇਣਗੇ ਕਿਉਂਕਿ ਪਹਿਲਾਂ ਬਾਈ ਉਹਨਾਂ ਦੇ ਪਿੰਡ ਕੋਈ ਡੈਥ ਹੋ ਗਈ ਕਿਸੇ ਦੀ ਇਸ ਲਈ ਟੂਰਨਾਮੈਂਟ ਨਹੀਂ ਕਰਵਾਇਆ ਗਿਆ ਆਪਾਂ ਲਾਈਵ ਵੀ ਕਰੀਏ ਦੱਸਦੀ ਦੁਨੀਆਂ ਨੂੰ ਅਤੇ ਫਿਰ ਬਾਈ ਕੱਲ੍ਹ ਜਦੋਂ ਉਹਨਾਂ ਨੇ ਫਾਈਨਲ ਕਰਵਾਉਣਾ ਸੀ ਕੱਲ੍ਹ 20 ਆ ਗਿਆ ਉਹਨਾਂ ਦੇ ਪਿੰਡ ਅਤੇ ਇਸ ਲਈ ਉਹ ਜਲਦੀ ਜਿਹੜਾ ਮੈਚ ਕਰਾਉਣਗੇ ਫਾਈਨਲ ਇਸ ਲਈ ਉਹ ਫਾਈਨਲ ਆਪਾਂ ਜ਼ਰੂਰ ਦੱਸਾਂਗੇ ਜਦੋਂ ਉਹਨਾਂ ਨੇ ਕਰਵਾਉਣਾ ਹੋਇਆ ਲਾਈਵ ਵੀ ਆਉਣਾ ਉਹ ਲਓ ਪਹਿਲੀ ਬਾਲ ਤੇ ਲਗੋ ਪਹਿਲੀ ਬਾਲ ਨਾਲ ਸੁਨੀਲ ਗੁੱਜਰ ਸਾਡਾ ਵੀਰ ਟੈਟੋ ਦੀ ਅੱਗੇ ਜੁੜੀ ਸਾਹਿਲ ਸ਼ਰਮਾ ਸਾਡਾ ਵੀਰ ਉਹ ਵੀ ਜੁੜਿਆ ਕਿਤੇ ਤੋਂ ਵੀ ਆਇਆ ਹਰ ਇੱਕ ਦੀ ਜ਼ਿੰਦਗੀ ਦੇ ਵੱਡੇ ਰਿਸ਼ਵੇ ਹੋਣਗੇ ਅਤੇ ਨਾਲ ਇੱਕ ਅੱਧੇ ਅਜੇ ਰਾਜੇ ਕਹਿੰਦੇ ਵਿਜੇਂਦਰ ਵਰਗੇ ਵੀ ਰਾਏ ਹੋਏ ਆ ਬਕੈਣ ਵਾਲੀ ਧਰਤੀ ਦਾ ਮੁੰਡਾ ਬਾਲ ਭਾਰਿਆ ਖੇਡ ਗਰਾਊਂਡ ਦੇ ਉੱਪਰ ਨਾਲ ਇੱਕ ਅੱਧੇ ਬਕੈਣ ਵਾਲੀ ਧਰਤੀ ਦਾ ਫਾਈਨਲ ਮੈਚ ਹੋਣਾ ਸੂਬੇ ਵਾਲਾ ਅਤੇ ਹਿਰਨਾ ਵਾਲੀ ਧਰਤੀ 'ਤੇ ਰਾਜਪੁਰ ਦੀ ਟੀਮ ਦਾ ਪਰ ਫਾਈਨਲ ਦੀ ਹਜੇ ਡੇਟ ਹਿਰਨਾ ਵਾਲੀ ਵੇਲੇ ਦੱਸ ਸਕਦੀ ਉਹਨਾਂ ਨੇ ਕਦੋਂ ਕਲੀਅਰ ਕਰਨੀ ਹੈ ਕਿਉਂਕਿ ਉਸਦੇ 20 ਕਰਕੇ ਦਾ ਗਰਾਊਂਡ ਥੋੜ੍ਹਾ ਜਿਹਾ ਗਿੱਲਾ ਹੈ ਅਤੇ ਇਸ ਲਈ ਫਾਈਨਲ ਵੀ ਹੋ ਰਿਹਾ ਲਓ ਸਾਹਮਣੇ ਬਾਹਰ ਚੱਲਦੇ ਮੈਚ ਦੀ ਗੱਲ ਕਰੀਏ ਇੱਕ ਪਾਸੇ ਬਕੈਣ ਵਾਲਾ ਪਿੰਡ ਦਾ ਜਿਹੜੀ ਟੀਮ ਬਾਲ ਕਰਦੀ ਦੂਜੇ ਪਾਸੇ ਰਾਜਪੁਰ ਦੀ ਟੀਮ ਤੇ ਉੱਧਰ ਕਮਾਲ ਦਾ ਸ਼ਾਟ ਰਾਂਗੜੇ 4 ਖੇਡ ਗਰਾਊਂਡ ਦੇ ਉੱਪਰ ਰਾਂਗੜੇ 4 ਹੁੰਦਾ ਜੋੜ ਗਿਆ ਵੀ ਟੀਮ ਦੀ ਸਾਹਮਣੇ ਕਹਿੰਦੇ ਦੋਨੋਂ ਟੀਮਾਂ ਦੇ ਦਰਮਿਆਨ ਇੱਕ ਤਕੜਾ ਮੈਚ ਇੱਕ ਜਾਨਦਾਰ ਮੈਚ ਹੈ ਜਿਹੜੀ ਟੀਮ ਜਿੱਤ ਗਈ ਉਹ ਲਾਸਟ ਵੇਲੇ ਫੇਰ ਆਊ ਇਸੇ ਧਰਤੀ ਤੇ ਤੇ ਪਰਸੋਂ ਉਸੇ ਟੀਮ ਨੇ ਫੇਰ ਖੇਡਣਾ ਜਿਹੜੀ ਟੀਮ ਜਿੱਤ ਗਈ ਫੜ ਹੋਏ ਫੜ ਹੋਏ ਫੜ ਹੋਏ ਕਮਾਲ ਦਾ ਕੈਚ ਬੜੇ ਨੇ ਫੜਿਆ ਸੇਫ ਹੈਂਡ ਦੇ ਵਿੱਚ ਕਮਾਲ ਦਾ ਕੈਚ ਕਹਿੰਦੇ ਫੜਿਆ ਆਓ ਸਾਹਮਣੇ ਚੱਲਦਾ ਹੋਇਆ ਮੈਚ ਖੇਡ ਗਰਾਊਂਡ ਦੇ ਅੰਦਰ ਗੁਜਰੋੜੀ ਮਾਹੀ ਬਿਸ਼ਨੋਈ ਸਾਡਾ ਵੀਰ ਗੁਲਾਲ ਗੁਰੀ ਵੀ ਜੁੜਿਆ ਉਹਦਾ ਵੀ ਧੰਨਵਾਦ ਆਪਾਂ ਜ਼ਰੂਰ ਕਰਾਂਗੇ ਜਿੰਨੇ ਵੀ ਸਾਡੇ ਭਰਾ ਨੇ ਲਾਈਨ ਦੇ ਨਾਲ ਜੁੜੇ ਹੋਏ ਹੈ ਅਗਲਾ ਮੈਚ ਝੋਕੇ ਵਾਲੀ ਤੇ ਮਾਨਾ ਦੀਆਂ ਟੀਮਾਂ ਦੇ ਦਰਮਿਆਨ ਜਿਹਨਾਂ ਦੇ ਕਹਿੰਦੇ ਐਨ ਕਦੇ ਪ੍ਰੂਫ ਚੈੱਕ ਹੋ ਰਹੇ ਹੈ ਐਨ ਗੰਗਾ ਨਗਰ ਦੇ ਲਾਗੇ ਕਰਕੇ ਬਕੈਣ ਵਾਲਾ ਪਿੰਡ ਹੈ ਲਓ ਸਾਹਮਣੇ ਆ ਗਿਆ 75 ਖੇਡ ਗਰਾਊਂਡ ਦੇ ਅੰਦਰ ਤੇ ਨਾਮ ਚਾਹੀ ਤੇ ਰਜਤ ਆ ਤੇ ਐਨ ਰਜਤ ਸਿੰਘ ਜਿੰਨੇ ਖਾਧੇ ਆ ਉਹਨੇ ਮਾਰਨੇ ਪੈਣਗੇ ਜਦੋਂ ਖਾਧੇ ਉਹਨੇ ਮਾਰਦੇ ਬਹਿਣਗੇ ਜੇ ਮੈਚ ਜਿੱਤਣਾ ਹੈ ਤੇ 75 ਨੂੰ ਕਹਿੰਦੇ ਖੜਦਾ ਪੈਣਾ ਹੈ ਜਿੰਦਰੋਂ ਐਨ ਕਹਿੰਦੇ ਖੜਦਾ ਪੈਣਾ ਹੈ ਲਓ ਤਗੜੀ ਬਾਲ ਤੇ ਖੇਡਿਆ ਸ਼ਾਟ ਆਹ ਬੰਦਾ ਪਕੈਣ ਵਾਲਿਆ ਜੇ ਆਹ ਫੱਟ ਲਿਆ ਤੇ ਮੈਚ ਢੇਰੇ ਵਾਲੇ ਪਾਸੇ ਘੁੱਬ ਜਾਣਾ ਹੈ ਤੇ ਜੇ 75 ਖੜ ਗਿਆ ਫਿਰ 36 ਨਹੀਂ ਪੈਂਦੀਆਂ ਇਹ ਗੱਲ ਵੀ ਪੱਕੀ ਹੈ ਦੁਨੀਆਂ ਨੂੰ ਪਤਾ ਪਰ 36 ਨਹੀਂ ਪੈਂਦੀਆਂ ਕੇ 75 ਖੜ ਗਿਆ ਪਰ 36 ਵਾਲਾ ਨਹੀਂ ਪੈਣ ਗਿਆ ਖੇਡ ਗਰਾਊਂਡ ਦੇ ਅੰਦਰ ਨਾਲ ਕਹਿੰਦੇ ਯਸ਼ ਹੋਣੀ ਸਾਡੇ ਵੀਰ ਗੁਰਚਰਨ ਹੋਣੀ ਮਾਹੀ ਹੋਣੀ ਇਹਨਾਂ ਦੇ ਕਹਿੰਦੇ ਜੁੜੇ ਹੋਏ ਆ ਸਾਡਾ ਧੰਨਵਾਦ ਦੁਨੀਆ ਘਰੇ ਬੈਠੀ ਵੇਖਦੀ ਆ ਇਹਦਾ ਵੱਡਾ ਵੇਲਾ ਤੇ ਬਾਲ ਭਰ ਰਹੀ ਆ ਤੇ ਸਾਹਮਣੇ 75 ਕਰਦਾ ਸ਼ੌਕ ਦੀ ਪੜ੍ਹਾਈ ਤੇ ਨਾਲ ਜਿਹੜਾ ਸਿੰਗਲ ਜੁੜ ਗਿਆ ਮੇਰੇ ਮਿੱਤਰ ਨੂੰ ਸਿੰਗਲ ਦਾ ਵਾਧਾ ਹੋ ਗਿਆ ਇੱਕ ਓਵਰ ਦੀ ਸਮਾਪਤੀ
11 ਰਨ ਇੱਕ ਓਵਰ ਦੀ ਸਮਾਪਤੀ ਤੇ 11 ਰਨ ਰਹਿ ਗਏ 68 ਰਨ ਮੈਚ ਜਿੱਤਣ ਦੇ ਲਈ 68 ਰਨ ਜਿਹੜੇ ਮੈਚ ਜਿੱਤਣ ਦੀ ਬਾਕੀ ਨੇ 11 ਛੱਕੇ ਜਿਹੜੇ ਮਾਰਨੇ ਪੈਣਗੇ ਸਾਡੇ ਸੁਰਜੀਤ ਸਿੰਘ ਜੀ ਬਰਾੜ ਬਾਈ ਹੋਣੀ ਐਨ ਅਪੈਰ ਦੀਆਂ ਸਵਾਵਾਂ ਲਈ ਹੈ ਨਾਲ ਨਵੀਂ ਹੋਣੀ ਸਾਡਾ ਵੀਰ ਉਹ ਵੀ ਖੜੇ ਉਹਨਾਂ ਦਾ ਵੀ ਧੰਨਵਾਦ ਆਪਾਂ ਜ਼ਰੂਰ ਕਰਾਂਗੇ ਖੇਡ ਗਰਾਊਂਡ ਦੇ ਅੰਦਰ ਉਹਨਾਂ ਵੀ ਧੰਨਵਾਦ ਆਪਾਂ ਜ਼ਰੂਰ ਕਰਾਂਗੇ ਜਿੰਨੇ ਵੀ ਸਾਡੇ ਭਰਾ ਅਪੈਰ ਦੀਆਂ ਸਵਾਵਾਂ ਨਿਭਾ ਰਹੇ ਆ ਲਓ ਬਈ ਅੰਦਰ ਸਾਹਮਣੇ ਰਮਨ ਸੈਣੀ ਸਾਡਾ ਵੀਰ ਸਕੀਰ ਹੋਣੀ ਨਾਲ ਬਾਜੀ ਹੋਣੀ ਤੇ ਸਾਰੇ ਭਰਾ ਦਾ ਸਾਹਿਲ ਸ਼ਰਮਾ ਸਾਡਾ ਵੀਰ ਉਹ ਵੀ ਜੁੜਿਆ ਮੇਰੇ ਮਿੱਤਰ ਭਾਗੂ ਪਿੰਡ ਵਾਲਾ ਕੁਲਜੀਤ ਦੇ ਪਿੰਡ ਦਾ ਉਹਦਾ ਵੀ ਧੰਨਵਾਦ ਆ ਲਓ ਪੈਂਦੀ ਆ ਬਾਲ ਪਕੈਣ ਵਾਲੇ ਨੌਜਵਾਨ ਦੀ ਖੇਡ ਗਰਾਊਂਡ ਦੇ ਅੰਦਰ ਟੇਕਿਆ ਧਰਤੀ ਵਾਲੂ ਵਰਥਾ ਸਾਹਮਣੇ ਬਜਿੰਦਰ ਤੇ ਕਰਦਾ ਸ਼ਾਮ ਦੀ ਟਰਾਈ ਦੇ ਬਾਲ ਜਿਹੜੀ ਡਾਊਟ ਹੋ ਗਈ ਹੈ ਖੇਡ ਗਰਾਊਂਡ ਦੇ ਅੰਦਰ ਉੱਖੜਦੇ ਪੈਰ ਖੇਡ ਗਰਾਊਂਡ ਦੇ ਕਿਉਂਕਿ ਗਰਮੀ ਜਿਹੜੀ ਜ਼ਿਆਦੇ ਹੈ ਮਨਪ੍ਰੀਤ ਸ਼ਰਮਾ ਉਹ ਵੀ ਜੁੜਿਆ ਉਹਦਾ ਵੀ ਧੰਨਵਾਦ ਗਰਮੀ ਜਿਹੜੀ ਕਹਿਰ ਦੀ ਪੈ ਰਹੀ ਹੈ ਖੇਡਣਾ ਕਹਿੰਦੇ ਮੁਸ਼ਕਲ ਦਾ ਕੰਮ ਹੋਇਆ ਪਿਆ ਅੰਪਾਇਰਿੰਗ ਵੀ ਕਹਿੰਦੇ ਬੜੀ ਮੁਸ਼ਕਲ ਦਾ ਕੰਮ ਬਣਿਆ ਹੋਇਆ ਖੇਡ ਗਰਾਊਂਡ ਦੇ ਅੰਦਰ ਤੇ ਆਪਾਂ ਧੰਨਵਾਦ ਕਰਾਂਗੇ ਖਿਡਾਰੀਆਂ ਦਾ ਨਾਲ ਹੀ ਸਾਡੇ ਦਰਸ਼ਕ ਵੀਰਾਂ ਦੇ ਜਿਹੜੀ ਇੰਨੀ ਗਰਮੀ ਵਿੱਚ ਜੁੜੇ ਹੋਏ ਨੇ ਲਾਓ ਸਾਹਮਣੇ ਕਰਦਾ ਸ਼ਾਟ ਦੀ ਟਰਾਈ ਤੇ ਉਹੀ ਫੀਲਡਰ ਤੇ ਉਹੀ ਬਾਲ ਉਸੇ ਤਰ੍ਹਾਂ ਦੇ ਸ਼ਾਟ ਤੇ ਰੀਪਲੀ ਹੋ ਗਈ ਉਸੇ ਸ਼ਾਟ ਦੀ ਐਂਡ ਰੀਪਲੀ ਹੋ ਗਈ ਹੈ 6 ਓਵਰ ਦੇ ਮੈਚ ਫਿਰ ਵੀ ਕਮੇਟੀ ਲੈ ਰਹੀ ਹੋਈ 6 ਓਵਰ ਤੋਂ ਘੱਟ ਤਾਂ ਆਪਾਂ ਕਰਵਾਉਣੇ ਨਹੀਂ 6 ਤਾਂ ਜ਼ਰੂਰ ਹੀ ਦੇਣੇ ਹੈ ਤੇ ਸੁਬਾਹ ਤੋਂ 6-6 ਓਵਰ ਜਿਹੜੇ ਚੱਲੀ ਜਾ ਰਹੇ ਨੇ ਸਾਰਿਆਂ ਦਾ ਧੰਨਵਾਦ ਆ ਲਓ ਬਾਲ ਜਿਹੜੀ ਬਕੈਣ ਵਾਲੇ ਦੀ ਫੇਰ ਪੈ ਰਹੀ ਹੈ ਹੋਰ ਬਜਿੰਦਰ ਫਾੜ ਹੋਏ ਪਿਆਰੀ ਤੇ ਬਾਲ ਜਿਹੜੀ ਫਾਈਡ ਫਾਈਡ ਦੀ ਜਾ ਰਹੀ ਹੈ ਤੀਜਾ ਬਜਿੰਦਰ ਤੀਜਾ ਇੱਥੇ ਵੇਖ ਕੇ ਬਜਿੰਦਰ ਵੇਖ ਕੇ ਦੋ ਲਾਊਟ ਆ ਜੀ ਦੋ ਹੋ ਗਏ ਜੀ ਦੋ ਲਾਊਟ ਤੀਜਾ ਦੋ ਹੋ ਗਿਆ ਜੀ ਟੀਮਾਂ ਨੋਟ ਕਰ ਲੈਣ ਦੱਸਣ ਵਾਲਾ ਜ਼ਰੂਰੀ ਹੈ ਕਿ ਬਾਅਦ ਵਿੱਚ ਦਿੱਕਤ ਹੋ ਜਾਂਦੀ ਹੈ ਦੱਸਣ ਵਾਲਾ ਜ਼ਰੂਰੀ ਹੈ ਵਾਹ ਕਮਾਲ ਦੀ ਸ਼ਰਤਾ ਹੈ ਕੈਟ ਟਰਾਈ ਤਾਂ ਮੁੰਡੇ ਦੀ ਕਮਾਲ ਦੀ ਕੀਤੀ ਸੀ ਟਰਾਈ ਤਾਂ ਮੁੰਡੇ ਦੀ ਕੈਰ ਦੀ ਸੀ ਲੇਕਿਨ ਸਾਹਮਣੇ ਕੈਚ ਡਰਾਪ ਹੋ ਗਿਆ ਕੈਚ ਕਹਿੰਦੇ ਡਰਾਪ ਹੋ ਚੁੱਕਿਆ ਖੇਡ ਗਰਾਊਂਡ ਦੇ ਅੰਦਰ ਐਂਡ ਮੁੰਡੇ ਦੀ ਬਾਲ ਕਾਹਦੀ ਢਾਈ ਹੈ ਐਂਡ ਸਰੀਰ ਆਉਂਦੀ ਹੈ ਗੱਲ ਵੀ ਭਰੂਗਾ ਉਡਾਰੀ ਖਿੱਚੀ ਬੈਠਾ ਇਹ ਤਿਆਰੀ ਲੋਕੋ ਸਦਾ ਦਾਣੀ ਆਲਣੇ ਚ ਰਹਿੰਦਾ ਪੰਛੀ ਰਾਜਪੁਰੇ ਵਾਲਿਆਂ ਨੂੰ ਜਿਹੜੀ ਟੀਮ ਜਿੱਤ ਗਈ ਲਾਸਟ ਦਿਨ ਫੇਰ ਆਊ ਇਸੇ ਧਰਤੀ ਦੀ ਤੇ ਜਿਹੜੀ ਟੀਮ ਹਾਰ ਗਈ ਐਡੋ ਦੇ ਘਰ ਦੀ ਸਵਾਸੀ ਇੱਥੇ ਹੋ ਜਾਣੀ ਹੈ ਸਫ਼ਰ ਦੀ ਸਵਾਸੀ ਇੱਥੇ ਹੋ ਜਾਣੀ ਹੈ ਘੁੜਾੜੇ ਪਿੰਡ ਦੇ ਵਿੱਚ ਅੱਜ ਕਹਿੰਦੇ ਵੱਡੀ ਰੌਣਕ ਆਓ ਫੜ 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 ਕਿਸਮਤ ਦੇ ਆ ਬਲੀਆ ਰਿੱਚੀ ਖੀਰ ਤੇ ਬਣ ਗਿਆ ਦਲੀਆ ਆ ਵਾਹ ਹੋਏ ਕਿਸਮਤ ਦੇ ਆ ਬਲੀਆ ਐਨ ਕਮਾਲ ਹੀ ਹੋ ਗਈ ਹੈ ਜੋ ਡਿਸੀਜ਼ਨ ਅੰਪਾਇਰ ਦਾ ਕਾਲੇ ਬਾਈ ਟੋਟਿਆਂ ਦੇ ਮਨ ਦਾ ਹੋ ਗਿਆ ਕਲੀਅਰ ਕਾਲੀ ਬਾਈ ਉਹ ਕਲੀਅਰ ਠੀਕ ਹੈ ਬਾਈ ਕਿਉਂਕਿ ਅਗਲਾ ਮੈਚ ਵੀ ਆਪਾਂ ਚਲਾਉਣਾ ਹੈ
ਨਾ ਉਹ ਸਾਹਮਣੇ ਬਕੈਣ ਵਾਲਾ ਮੁੰਡਾ ਕਹਿੰਦੇ ਕਮਾਲ ਦੀ ਬੰਦਾ ਪਾਈ ਜਾਂਦਾ ਹੈ ਬਕੈਣ ਵਾਲਾ ਕਹਿੰਦਾ ਕਹਿੰਦੇ ਕਮਾਲ ਦੀ ਬੰਦਾ ਪਾਈ ਜਾਂਦਾ ਰਣ ਦੱਸਦੀ ਵੀ ਕਿੰਨੇ ਹੈ 13 ਰਣ ਦੇ 2 ਓਵਰਾਂ ਦੇ ਵਿੱਚ ਤੇ ਐਨ ਕਹਿੰਦੇ 56 ਰਣ ਮੈਂ ਜਿੱਤਣ ਲਈ ਚਾਹੀਦੇ ਨਹੀਂ ਲਓ ਸਾਹਮਣੇ ਹੋਲੀ ਬੱਲੇ ਬੱਲੇ ਲਵੀ 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 ਕੀ ਇਸ਼ਾਰੇ ਕਰੇਗਾ ਲਵੀ ਤੇ ਸਾਡੇ ਬਰਾੜ ਸਾਹਿਬ ਦੇ ਕੀ ਇਸ਼ਾਰੇ ਹੋ ਰਹੇ ਹੈ ਵੀ ਦੀ ਨੌਕ ਦਾ ਮਕਦਮਾ ਭਾਰੀ ਥਾਣੇਦਾਰਾ ਫੈਸਲਾ ਸੋਚ ਕੇ ਕਰੀ ਇਹ ਬਜਿੰਦਰ ਨੂੰ ਵੀ ਪਤਾ ਹੋਣਾ ਵੀ ਬੈਟ ਟੱਚ ਹੋਇਆ ਤੇ ਸਾਹਮਣੇ ਕਹਿੰਦੇ ਬਜਿੰਦਰ ਦੀ ਵਾਪਸੀ ਹੋ ਗਈ ਹੈ ਨਿਸ਼ਾਨ ਮੇਰੇ ਮਿੱਤਰੋ ਅਗਲਾ ਬੱਲੇ ਰਾਜ ਖੇਡ ਗਰਾਉਂਡ ਦੇ ਉੱਪਰ ਐਨ ਲੱਗਦਾ ਅੰਕੁਸ਼ ਦੀ ਵਾਰੀ ਵੀ ਆਉਣੀ ਹੈ ਐਨ ਤੜਕੇ ਆ ਗਏ ਬੜੀਆ ਛੱਕੇ ਮਾਰਦਾ ਮੈਨੂੰ ਪਹਿਲਾਂ ਵੀ ਕਿਹਾ ਜਿਹੜੇ ਛੱਕੇ ਪਹਿਲਾਂ ਹੀ ਨਾ ਮਕਾ ਲਈ ਕਿਤੇ ਮੈਚ ਵਿੱਚ ਲੋੜ ਪੈ ਜਾਂਦੀ ਹੈ ਆਓ ਸਾਹਮਣੇ ਨਿਸ਼ਾਨ ਆ ਗਿਆ ਮੇਰੇ ਮਿੱਤਰੋ ਚਹਿਲ ਪਰਿਵਾਰ ਦਾ ਦਰਸ਼ਨ ਖੇਡ ਗਰਾਉਂਡ ਦੇ ਉੱਪਰ ਮੈਚ ਦਾ ਫੈਸਲਾ ਪੈਂਡਿੰਗ ਰਹੇਗਾ ਕੀਪਰ 6 ਬੰਦੇ ਸੀ ਬਾਈ ਕਮੇਟੀ ਪੁੱਛ ਰਹੀ ਹੈ 6 ਬੰਦੇ ਸੀ ਬਾਈ ਦੋ ਬੰਦੇ ਲਾਸਟ ਬਾਲ ਖੇਡ ਕੇ ਗਏ ਪੂਰੀ 6 ਬੰਦੇ ਬੈਟਿੰਗ ਕਰਕੇ ਗਏ ਪਹਿਲੇ ਮੈਚ ਬਕੈਨ ਖੇਡੀ ਸੀ ਉਹ ਲਾਈਵ ਕੱਢੀ ਚੰਗਾ ਉੱਥੇ ਕਿੰਨੇ ਬੰਦੇ ਖੇਡੇ 6 ਖੇਡੇ ਲਗਾਤਾਰ ਰਾਜਪੁਰੇ ਵਾਲੇ ਪੂਰੀ ਫਿੱਟਾ ਰਾਜਪੁਰੇ ਵਾਲੇ ਪੂਰੀ ਫਿੱਟਾ ਮੁੰਡੇ ਦਾ ਗੋਰਾ ਤੇ ਸ਼ੋਰ ਹੈਗਾ ਤੇ ਮੁੰਡਾ ਕਮਾਲ ਹੀ ਕਰੀ ਜਾਂਦਾ ਖੇਡ ਗਰਾਉਂਡ ਦੇ ਅੰਦਰ ਚੱਲ ਤੀਜਾ ਸਵਾ 8 ਲੈ ਗਏ ਆਖੀ ਛੱਕੇ ਲੈ ਗਏ ਜੋਂਡੀ ਗਿਣ ਕੇ ਹਾਂਜੀ ਬਾਈ ਇਤਰਾਜ ਫੀਸ ਜਮ੍ਹਾਂ ਕਰਾ ਦਿਓ ਬਾਈ ਇਤਰਾਜ ਫੀਸ ਸਾਰੀਆਂ ਟੀਮਾਂ ਰਣ ਦੱਸ ਦਿਓ ਜੀ ਕਿੰਨੇ ਹੋ ਗਏ 38 ਰਣ ਕਿਉਂਕਿ ਬਾਈ ਜਦੋਂ ਇੱਕ ਟੀਮ ਦੂਜੀ ਟੀਮ ਤੇ ਇਤਰਾਜ ਲਾਉਂਦੀ ਹੈ ਤੇ ਦੂਜੀ ਆਉਂਦੀ ਹੈ ਸਾਡਾ ਵੀ ਇਤਰਾਜ ਹੀ ਹੈ ਵੀ 1 ਕਿਲੋ ਕਹਾਣੀ ਪਾਉਣੀ ਹੈ ਚਲੋ ਜੇ ਇਹਦਾ ਇਤਰਾਜ ਆਪਣੇ ਤੇ ਆਪਾਂ ਇਹਨਾਂ ਦੇ ਠੁੱਕ ਦਿਓ ਆਪੇ ਚੱਲੀ ਜਾਣਾ ਵੀ ਕੀ ਸਿਸਟਮ ਤਾਂ ਕਿੰਨੀ ਇਤਰਾਜ ਫੀਸ ਹੈ ਬਾਈ 500 ਰੁਪਇਆ 500 ਰੁਪਇਆ ਇਤਰਾਜ ਫੀਸ ਲੈ ਕੇ ਆਓ ਜੇ ਦੋਨਾਂ ਚੋਂ ਇੱਕ ਗਲਤ ਹੋਇਆ ਕੋਈ ਕਮੇਟੀ ਨੂੰ ਵੀ ਫੈਸਲਾ ਆਵੇ 2 ਘੰਟੇ ਮੱਥਾ ਮਾਰੀ ਦਾ ਇਹ ਤਾਂ 200 ਦੇ ਵਿੱਚ ਚਾਹ ਦੇ ਪੀ ਗਿਆ 10 ਲੀਟਰ ਪਾਣੀ ਪੀ ਗਿਆ ਸਿਰੇ ਦਾ ਦੁਖੀ ਜਾਂਦਾ ਹੈ ਇਹਨੂੰ ਪਤਾ ਨਹੀਂ ਲੱਗਦਾ ਹੋਈ ਕੀ ਜਾਂਦਾ ਹੈ ਕਿਉਂਕਿ ਬਾਈ ਇੱਕ ਕਹਾਣੀ ਪਾਉਣੀ ਇੱਕ ਬੱਚੇ ਫੜ ਕੇ ਕਹਿੰਦੇ ਵੀ ਇਹ ਇਤਰਾਜ ਹੈ ਸਾਡਾ ਤੇ ਨਾ ਇਤਰਾਜ ਸਿੱਧ ਹੋਵੇ ਨਾ ਪਤਾ ਲੱਗੇ ਨਾ ਛੋਟਾ ਲੱਗੇ ਬਸ ਕਹਾਣੀ ਰਝਾਉਣੀ ਹੈ ਜਦੋਂ ਰਝਾ ਹੀ ਦਿੰਦੇ ਆ ਲੋਕ ਇਤਰਾਜ ਲੈ ਕੇ ਉਹ ਵੀ ਇਤਰਾਜ ਫੀਸ ਮੈਚ ਖੇਡੋ ਇਤਰਾਜ ਫੀਸ ਲੱਗੀ ਹੈ ਇਤਰਾਜ ਫੀਸ ਦੇ ਦਿਓ ਤੇ ਆਪਾਂ ਫੈਸਲਾ ਕਰ ਦਿਆਂਗੇ ਕਿਉਂਕਿ ਬਾਈ ਜਦੋਂ ਇੱਕ ਟੀਮ ਇਤਰਾਜ ਲਾਉਂਦੀ ਹੈ ਫਿਰ ਦੂਜੀ ਆਉਂਦੀ ਹੈ ਸਾਡਾ ਵੀ ਇਤਰਾਜ ਹੀ ਹੈ ਚਲੋ ਇਤਰਾਜ ਫੀਸ ਦਿਓ ਵੀ ਸਾਰੀਆਂ ਟੀਮਾਂ ਮੇਰੀ ਬੇਨਤੀ ਹੱਥ ਬੰਨ ਗਈ ਉਹ ਕਾਲੇ ਨੂੰ ਕਿੰਨੇ ਛੱਕੇ 8 ਛੱਕੇ ਰਹਿ ਗਏ ਨਾ 7 40 ਸਕੋਰ ਰਹਿ ਗਏ 3 ਓਵਰ
ਕੱਲ ਨਵੀਂ ਡੇਕਨ ਦੇ 5 ਵਿਕਟਾਂ ਕੱਢ ਕੇ ਕਮਾਲ ਹੀ ਕੀਤੀ ਹੈ। ਆ ਜਿਹੜਾ 6 ਕੱਢੇ ਆ ਕਾਲੇ ਦੇ ਫਾਦਰ ਸਾਹਿਬ ਕਹਿੰਦੇ ਆਪਾਂ 200 ਦੇ ਵੱਡੇ ਬਣ ਨਾਲ ਦੀ ਗੱਲ ਕਰਦੇ ਹਾਂਗੇ, ਜਿਹੜਾ ਕੋਈ ਅੱਜ ਕਮਾਲ ਕਰੇਗਾ ਕੱਲ ਨਵੀਂ ਡੇਕਨ ਦੀ ਕਮਾਲ ਹੀ ਕੀਤੀ ਹੈ। ਲਓ ਜੀ ਮੈਚ ਆਪਾਂ ਸ਼ੁਰੂ ਕਰ ਲਈਏ ਜਲਦੀ। ਪ੍ਰਦੀਪ ਹੋਣੀ ਸਾਡੇ, ਅਭਿਸ਼ੇਕ ਹੋਣੀ, ਸਾਰੇ ਵੀਰ ਜਿਹੜੇ ਜੁੜੇ ਹੋਏ ਆ ਸਾਰਿਆਂ ਦੇ ਆਪਾਂ ਜ਼ਰੂਰ ਧੰਨਵਾਦ ਕਰਾਂਗੇ। ਰਣ ਦੱਸੋ ਜੀ ਕਿੰਨੇ ਆ? 36 ਰਣ। ਆਪਣੀ ਪ੍ਰੂਫ ਚੈੱਕ ਕਰਨੇ ਉਹਨਾਂ ਦੇ ਗਲਤੀ ਪਾਸੇ ਹੋ ਕੇ ਕਹਿ ਦੇ ਵੀ ਚੱਲ ਕੋਈ ਗੱਲ ਨੀ, ਜੇ ਗਲਤ ਆ ਤੇ ਸਾਰਿਆਂ ਦੇ ਸਾਹਮਣੇ ਆਪਣੀ ਗਲਤ ਆ ਦੁੜੀਆ ਨਾ ਬਈ, ਗਲਤੀ ਕਰਕੇ ਸੌਰੀ ਕਹਿੰਦੀ ਹੈ ਨਾ, ਆਪਣੀ ਸੌਰੀ ਕਈ ਚੱਲ ਜਾਂਦੀ ਹੈ। ਪਰ ਜੇ ਕਿਤੇ ਜੰਟਰ ਆਈ ਸੀ ਜੋ ਬਾਹਰ ਆ ਕੇ ਸੌਰੀ ਕਹਿੰਦੀ ਕਿ ਸਾਰੇ ਟੱਪਰ ਦੇ ਸਾਹ ਹਲਕੇ ਜਿਹੀ ਅੜ ਜਾਂਦੇ ਆ, ਸਾਰੇ ਟੱਪਰ ਦੀ ਜੀ ਵੀ ਨਿਕਲ ਜਾਂਦੀ ਹੈ, ਮਾਰ ਦੇ ਇਹਨੂੰ ਘਰੇ ਲੈ ਜਾਓ, ਆਏ ਨੂੰ ਬਚਾ ਨਹੀਂ ਸਕੇ। ਓਏ ਇੱਕ ਬੀਮਰ ਹੋ ਗਿਆ ਨਾ, ਸੌਰੀ ਕਹਿੰਦੇ ਸਾਰੇ ਟੱਪਰ ਦੇ ਸਾਹ ਹੀ ਹਲਕੇ ਚੜ ਜਾਂਦੇ ਆ, ਪਰ ਦੁਨੀਆ ਕਹਿੰਦੀ ਗਲਤੀ ਕਰਕੇ ਸੌਰੀ ਕਹਿੰਦੀ ਹੈ। ਲਾ ਉਹ ਸਾਹਮਣੇ ਰਣ ਜਿਹੜੇ ਮੈਚ ਜਿੱਤਣ ਦੇ ਵੀ ਓਏ ਇੱਕ ਬੀਮਰ ਹੋ ਗਿਆ ਨਾ, ਬੀਮਰ ਹੋ ਗਿਆ ਨਾ, ਇੱਕ 33 ਰਨ ਹੋ ਗਿਆ, 46 ਰਨ ਬਾਕੀ ਆ ਤੇ 2 ਓਵਰ ਇਸ ਤੋਂ ਬਾਅਦ ਜਿਹੜੇ ਉਤਰਾਣੇ ਦਾ ਪਤਾ ਨਹੀਂ ਯਾਰ। ਵਿਸ਼ਾਲ ਮੇਰੇ ਮਿੱਤਰੋ, ਰਾਜਪੁਰ ਦੀ ਧਰਤੀ ਦਾ ਮੁੰਡਾ ਖੇਡ ਗਰਾਊਂਡ ਦੇ ਅੰਦਰ, ਲਓ ਖੇਡਿਆ ਹੋਇਆ ਸ਼ਾਟ ਤੇ ਰਣ ਜਿਹੜਾ ਖੇਡ ਗਰਾਊਂਡ ਦੇ ਅੰਦਰ, ਸਿੰਗਲ ਕੁੱਖੜ ਦੇ ਪੈਰ ਵੱਧਦਾ ਹੋਇਆ ਸਕੋਰ 34 40 ਹੋ ਗਏ, 40 ਹੋ ਗਏ ਬਈ, 40 ਰਣ ਜਿਹੜੇ ਹੋ ਗਏ ਨੇ। ਚੱਲ ਚਾਰ ਚੌਕਾ ਸ਼ਾਬਾਸ਼, ਕਾਲੇ ਦੇ ਸਾਡੇ ਫਾਦਰ ਸਾਹਿਬ ਵੀ ਆਏ, ਉਹਨਾਂ ਵੀ ਧੰਨਵਾਦ ਆ। ਸਾਡੇ ਸੁਰਜੀਤ ਸਿੰਘ ਜੀ ਬਰਾੜ ਸਾਹਿਬ, ਸੁਰਜੀਤ ਸਿੰਘ ਜੀ ਦਾ ਧੰਨਵਾਦ, ਨਾਲ ਲੱਭੀ ਸਾਡਾ ਵੀਰ ਅਮਰ ਦੀ ਸਵਾਮਾ ਤੋਂ ਅੰਦਰ ਹੀ ਧੰਨਵਾਦ ਜ਼ਰੂਰ ਕਰਾਂਗੇ। ਲਓ ਸਾਹਮਣੇ ਫੇਰ ਬਕੈਟ ਵਾਲੇ ਮੁੰਡੇ ਦੀ ਬਾਲ ਜਿਹੜੀ ਖੇਡ ਗਰਾਊਂਡ ਦੇ ਉੱਪਰ ਜਾ ਰਹੀ ਹੈ ਤੇ ਸਾਹਮਣੇ ਭੱਲੀ ਸਾਰਾ ਓਵਰ ਹੀ ਹੋਊਗਾ, ਨਿਸ਼ਾਨ ਬਈ ਯਾਰ ਜਿੰਨੀਆਂ ਬਾਲਾਂ ਹੋ ਗਈਆਂ, ਜਿੰਨੀਆਂ ਰਹਿ ਗਈਆਂ ਨਵਾਂ ਬੰਦਾ ਕਰੇਗਾ, ਦੋ ਬਾਲਾਂ ਰਹਿ ਗਈਆਂ, ਦੋ ਬਾਲਾਂ ਨਵੀਆਂ ਬੰਦਾ ਕਰੇਗਾ, ਸਾਰਾ ਓਵਰ ਦੋ ਬਾਲਾਂ
ਜਿਹੜਾ ਰੂਹ ਦਾ ਰੂਹ ਨਹੀਂ ਹੈ ਚਾਹੇ ਕੋਈ ਵੀ ਹੈ ਸਾਰੇ ਇੱਕੋ ਹੀ ਹੈ ਜਿਹੜੀਆਂ ਬਾਲਾਂ ਹੋਣੀਆਂ ਮੰਨੀਆਂ ਜਾਣਗੀਆਂ ਤੇ ਦੋ ਬਾਲਾਂ ਜਿਹੜੀਆਂ ਬਾਕੀ ਤੇ ਹੋਰ ਮੁੰਡਾ ਕਰਦੇਗਾ ਲਓ ਸਾਹਮਣੇ ਖੇਡਿਆ ਨਿਸ਼ਾਨ ਦਾ ਸ਼ਾਟ ਜਿਹੜਾ ਖੇਡ ਗਰਾਊਂਡ ਦੇ ਉੱਪਰ ਤੇ ਲਓ ਨਿਗਾ ਪੱਥਰਾਂ ਨੂੰ ਪਾੜ ਦਿੰਦੀ ਹੈ ਇਹ ਤਾਂ ਕੁਝ ਵੀ ਨਹੀਂ ਲਓ ਚਾਰ ਅੰਕੁਸ਼ ਨੇ ਤਾਂ ਕੋਈ ਮਾਰਦੇ ਜੇ ਕਸਰੀ ਨਹੀਂ ਛੱਡੀ ਸੀ ਇਹ ਤਾਂ ਨਿਸ਼ਾਨ ਵਾਲੀ ਰੱਖੀ ਐਨ ਪਰ ਹਾਲੇ ਵੀ ਮੈਚ ਬਰਾਬਰ ਤਿਆਰੀ ਨੌਜਵਾਨਾਂ ਹਾਂ ਹੋਏ ਤਿਆਰੀ ਨੌਜਵਾਨਾਂ ਲਓ 12 ਬਾਲਾਂ 'ਚ 20 ਰਨ ਲਵੀ ਦੇ ਕੋਲ ਗਏ ਹੈ ਐਨ ਕੋਈ ਗੱਲਬਾਤ ਚੱਲਦੀ ਹੋਣੀ ਹੈ ਐਨ ਕੋਈ ਗੱਲਬਾਤ ਗੇਡ ਗਰਾਊਂਡ ਦੇ ਅੰਦਰ ਮੈਚ ਦੇ ਵਿੱਚ ਬੜਾ ਹੀ ਕੁਝ ਹੋ ਰਿਹਾ ਹੈ ਮੈਚ ਦੇ ਵਿੱਚ ਬੜਾ ਹੀ ਕੁਝ ਹੋ ਰਿਹਾ ਹੈ ਜਲਦੀ ਨਾਲ ਮੈਚ ਸ਼ੁਰੂ ਰੱਖੀ ਜਾਣ ਬੜੀ ਬੇਨਤੀ ਹੈ ਟੀਮਾਂ ਨੂੰ ਜਲਦੀ ਨਾਲ ਮੈਚ ਸ਼ੁਰੂ ਰੱਖੀ ਜਾਣ ਲਓ ਫੇਰ ਮੇਰੇ ਮਿੱਤਰੋ ਬਚਾਉਣ ਵਾਲੀ ਦੀ ਬਾਲ ਖੇਡਿਆ ਹੋਇਆ ਸ਼ਾਟ ਕਮਾਲ 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 ਹੋਈ ਅਗਲਾ ਮੈਚ ਵੀ ਬੜਾ ਵਧੀਆ ਹੋਣਾ ਹੈ ਲਓ ਦਸਾਂ ਦੇ ਵਿੱਚ 20 ਤੇ ਲਓ 22 ਕੋਈ ਉਸਤਾਦ ਪਿੰਡ ਦੀ ਅੰਪਾਇਰ ਆ ਬਈ ਹੁਣ ਜਿਹੜਾ ਫੈਸਲਾ ਹੋ ਗਿਆ ਵੀਰ ਬਣੀ ਚੱਲ ਮੇਰੇ ਅੱਖੇ ਦਿੰਦੇ ਤੇ ਮੈਂ ਤਾਂ ਕਹਿ ਦੇਣਾ ਸਹੀ ਹੈ ਉਹ ਪਤੰਦਰੋਂ ਜੇ ਸਾਡੇ ਅੱਖੇ ਕੋਈ ਹੱਲ ਹੁੰਦਾ ਹੋਵੇ ਤੇ ਫਿਰ ਗੱਲਾਂ ਹੀ ਕਰਦੀ ਹੈ ਜਿਹੜਾ ਫੈਸਲਾ ਗਰਾਊਂਡ ਦੇ ਅੰਦਰ ਉਹ ਕਰਦਾ ਜਿਹੜੀ ਅੰਪਾਇਰ ਖੜੇ ਬਈ ਸਾਡੇ ਕੋਲ ਤਾਂ ਪੰਪ ਹੀ ਹੈ ਭਾਵੇਂ ਸਟੀਲ ਦੀਆਂ ਬੂਟੀਆਂ ਵਾਲੇ ਬਣਾ ਲਓ ਭਾਵੇਂ ਪਲਾਸਟਿਕ ਦੀਆਂ ਭਾਵੇਂ ਕੁਛ ਵੀ ਬਣਾ ਲਓ ਸਾਡੇ ਕੋਲ ਤਾਂ ਕੱਲ੍ਹ ਪੰਪ ਹੀ ਹੈ ਕਰਨਾ ਤਾਂ ਗਰਾਊਂਡ ਵਾਲੇ ਨੇ ਵੀ ਸਾਰਾ ਕੁਛ ਲਓ ਕੋਈ ਨੀ ਕੋਈ ਨੀ ਵੀਰੇ ਖੇਡਣ ਦੇ ਜਿਵੇਂ ਖੇਡਦਾ ਇਹ ਆਈ ਖੇਡਦਾ ਹੁੰਦਾ ਜਿਹੜੇ ਖੇਡ ਗਰਾਊਂਡ ਦੇ ਉੱਪਰ ਮੈਚ ਜਿੱਤਣ ਦੀ ਬਾਕੀ ਹੈ ਮਨਪ੍ਰੀਤ ਸ਼ਰਮਾ ਨਵਨੀਤ ਕੁਮਾਰ ਗੱਲ ਟਾਇਟ ਐਡ ਦਾ ਪੂਰਾ ਹੀ ਹੋ ਲੱਗਿਆ ਲੱਗਦਾ ਧੁੱਪੇ ਖੜਾ ਹੋਣਾ ਹੈ ਐਡ ਦਾ ਪੂਰਾ ਹੀ ਲੱਗਦਾ ਲੱਗਦਾ ਧੁੱਪੇ ਖੜਾ ਹੋਣਾ ਹੈ ਲਓ ਸਾਹਮਣੇ ਸਾਈਡ ਵੀਕਰ ਤੇ ਜੁੜਿਆ ਹੋਇਆ ਹੈ 13 ਰਨ ਬਾਕੀ ਹੈ ਮੈਚ ਜਿੱਤਣ ਦੇ ਲਈ ਸਾਹਮਣੇ ਬੈਟਿੰਗ ਟੀਮ ਰਾਜਪੁਰਾ ਪਿੰਡ ਦਾ ਜਿਹਦੀ ਬਾਲ ਕਰਦੀ ਬਚਾਉਣ ਵਾਲੇ ਦੀ ਜ਼ੋਰ ਦੋਨੋਂ ਟੀਮਾਂ ਪੂਰੇ ਲਾ ਰਹੀਆਂ ਹੈ ਤੇਰਾਂ ਸਕੋਰ ਰਹਿ ਗਏ 8 ਬਾਲਾਂ ਦੋਨੋਂ ਟੀਮਾਂ ਦੀਆਂ ਟਾਸ ਜ਼ਰੂਰ ਕਰ ਲੈਣਗੇ ਗਰਾਊਂਡ ਦੇ ਉੱਪਰ ਜਿੱਤਣ ਦੇ ਲਈ ਮੈਚ ਕਿਹੜੇ ਪਾਸੇ ਜਾਣਾ ਹੈ ਮੈਚ ਕਿਹੜੇ ਪਾਸੇ ਰਹਿਣਾ ਹੈ ਉੱਧਰ
ਅੱਜ ਸੰਧੂ ਵੀ ਜੁੜਿਆ ਸਾਡਾ ਦਕੇਰੀਆਂ ਵਾਲਾ ਤੇ ਐਨ ਦਕੇਰੀਆਂ ਦੀ ਧਰਤੀ ਦੇ ਕਹਿੰਦੇ ਕਮਾਲ ਦੀ ਹੋਣੀ ਹੈ ਉੱਥੇ ਵੀ ਕਹਿੰਦੇ ਐਨ ਵਧੀਆ ਕੱਪ ਕਰਵਾਇਆ ਜਾਣਾ ਹੈ ਆਓ ਤਗੜੀ ਬਾਲ ਉੱਪਰ ਦੀ ਸਮਾਪਤੀ ਪੰਜ ਓਵਰ ਦੇ ਥਰਡ ਰਨ ਛੇ ਬਾਲਾਂ ਦੇ ਵਿੱਚ 11 ਰਨ ਭੂਤ ਆਂਦਾ ਰਾਤ ਨੂੰ ਭੂਤ ਹਾਂ ਨਕਲ ਕਰੇ ਤਾਂ ਨੇੜੇ ਨਾ ਜਾਂਦਾ ਨੀ ਹੁਣ ਬਸ ਗੁੱਸਾ ਚੜਨਾ ਵਾ ਉਹਨੂੰ ਆਏ ਆਏ ਨੀ ਕਰ ਸਕਦਾ ਤੂੰ ਲੱਗ ਗਈ ਆ ਗੱਲ ਖੇਡ ਗਰਾਊਂਡ ਦੇ ਅੰਦਰ ਐਂ ਕਹਿੰਦੇ ਮੈਚ ਕਾਹਦਾ ਲੱਗਿਆ ਮੈਚ ਚੋਟੀ ਦੇ ਲੱਗਿਆ ਮੈਚ ਕਾਹਦਾ ਲੱਗਿਆ ਵੀ ਮੈਚ ਹੋਣਗੇ ਟਿਕਾਣੇ ਜੱਟ ਆਉਣਗੇ ਪਤਾ ਲੱਗ ਜੂ ਕਿੰਨਾ ਕਿ ਡੁੱਗਾ ਪਾਣੀ ਕੁੰਡਿਆਂ ਦੇ ਸਿੰਘ ਕੋਈ ਪੰਜਾਂ ਦੇ ਵਿੱਚ 11 ਰਨ ਮੇਰੇ ਮਿੱਤਰੋ ਪੰਜ ਬਾਲਾਂ ਦੇ ਵਿੱਚ 11 ਰਨ ਮੈਂ ਜਿੱਤਣੇ ਚਾਹੀਦੇ ਨੇ ਅੱਜ ਸੋਚਦਾ ਮੈਂ ਇੱਕ ਤਾਂ ਛੱਕਾ ਜੇ ਕਿਤੇ ਘੱਟ ਖਾਧਾ ਹੁੰਦਾ ਤੇ ਕਮਾਲ ਹੋ ਜਾਣੀ ਸੀ ਇੱਧਰ ਵੱਡਾ ਰਾਜਪਾਈ ਦੀ ਧਰਤੀ ਦਾ ਘੋੜਿਆਣੇ ਦੀ ਧਰਤੀ ਦਾ ਕਾਪਾ ਤੇ ਲਾਓ ਬੱਲੇ 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 ਤਿੰਨ ਬਾਲਾਂ ਦੇ ਵਿੱਚ 10 ਰਨ ਤਿੰਨ ਬਾਲਾਂ 7 ਰਹਿ ਗਏ ਤਿੰਨ ਬਾਲਾਂ ਦੇ ਵਿੱਚ 7 ਰਨ ਮੈਂ ਜਿੱਤਣ ਦੇ ਲਈ ਤਿੰਨ ਬਾਲਾਂ ਦੇ ਵਿੱਚ 7 ਰਨ ਮੈਂ ਜਿੱਤਣ ਦੇ ਲਈ ਕਿਹੜੀ ਗਰਾਊਂਡ ਦੇ ਉੱਤੇ ਬਾਕੀ ਨਹੀਂ ਲਓ ਸਾਹਮਣੇ ਚੁੱਪ ਹੋ ਜਾਵੇ ਉਹ ਕਾਲੇ ਅੱਗੇ ਜੇ ਬੰਦੇ ਭਾਏ ਰੋਲਾ ਪਾਈ ਜਾਂਦੇ ਨੇ ਬਾਹਰ ਭੇਜਦੇ ਪਹਿਲਾਂ ਤਾਂ ਵੀਰੇ ਜਵਾਕ ਹੀ ਨੀ ਦਿਖਦਾ ਯਾਰ ਪਾਰਟੀ ਕਰੂਗਾ ਤੈਨੂੰ ਵੀ ਤੂੰ ਬਚਾ ਲੇ ਅਜ ਤਾਂ ਤੂੰ ਹੀ ਬਚਾ ਲੈ ਜ਼ਿੰਦਗੀ ਰਾਜਪੁਰੀ ਦੀ ਧੰਨਵਾਦ ਆਪੋ ਜੀ ਝੋਟਿਆਂ ਵਾਲੀ